ਪ੍ਰੋਗਰਾਮ ਅੱਜ ਦਾ ਮੁੱਦਾ ਲੈ ਕੇ ਹਾਜ਼ਰ ਹੋਏ ਹਾਂ ਤੁਹਾਡੀ ਖਿਦਮਤ ਦੇ ਵਿੱਚ। ਹਰ ਰੋਜ਼ ਨਵੇਂ ਵਿਸ਼ਿਆਂ ਦੇ ਉੱਤੇ ਨਵੀਂ ਚਰਚਾ ਲੈ ਕੇ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੁੰਦੇ ਹਾਂ। ਅੱਜ ਜਿਵੇਂ ਮੈਂ ਦੱਸਿਆ ਕਿ ਮੈਂ ਦੁਪਹਿਰ ਨੂੰ ਸਬਜੈਕਟ ਆਪਣਾ ਜਿਹੜਾ ਦੁਪਹਿਰ ਤੋਂ ਅੱਜ ਲੇਟ ਹੋ ਗਿਆ ਪਾ ਦਿੰਦਾ, ਔਰ ਤੁਸੀਂ ਇਸ ਸਬਜੈਕਟ ਨੂੰ ਬਕਾਇਦਾ ਤੌਰ ਦੇ ਉੱਤੇ ਸਰਾਓਗੇ ਔਰ ਆਪਣੇ ਵਿਚਾਰ ਰੱਖੋਗੇ। ਬਹੁਤਾਤ ਦੇ ਵਿੱਚ ਹੁੰਦਾ ਕਿ ਜਿਹੜੇ ਸਬਜੈਕਟ ਅਸੀਂ ਲੈ ਕੇ ਆਉਂਦੇ ਹਾਂ ਉਹ ਸਾਡੇ ਸਮਾਜ ਦੀ ਹਕੀਕਤ ਹੁੰਦੀ ਹੈ। ਅਸੀਂ ਨਹੀਂ ਚਾਹੁੰਦੇ ਕਿ ਕੋਈ ਵੀ ਕੰਮ ਕਰਨ ਵਾਲੇ ਉਸ ਦੇ ਵਿੱਚ ਚੰਗੇ ਲੋਕ ਵੀ ਹੁੰਦੇ ਨੇ, ਬੁਰੇ ਲੋਕ ਵੀ ਹੁੰਦੇ ਨੇ, ਉਹ ਕਿਸੇ ਦੀ ਸੋਚ ਚੰਗੀ ਹੁੰਦੀ ਹੈ, ਕਨਸੈਪਟ ਜਿਹੜਾ ਉਹ ਕਿੱਧਰ ਨੂੰ ਤੁਰ ਜਾਂਦਾ ਉਹ ਇੱਕ ਵੱਖਰੀ ਗੱਲ ਹੈ। ਅੱਜ ਦੀ ਤਰੀਕ ਦੇ ਵਿੱਚ ਪੰਜਾਬੀ ਐਡੇ ਵੱਡੇ ਪੱਧਰ ਦੇ ਉੱਤੇ ਲਕੀਰ ਦੇ ਫਕੀਰ ਹੋ ਗਏ ਕਿ ਉਹ ਕਦੇ ਵੀ ਕਿਸੇ ਚੀਜ਼ ਨੂੰ ਵਾਸਤਵ ਰੂਪ ਦੇ ਵਿੱਚ ਉਸ ਦਾ ਵਿਸ਼ਲੇਸ਼ਣ ਨਹੀਂ ਕਰਦੇ। ਮਿਸਾਲ ਦੇ ਤੌਰ ਦੇ ਉੱਤੇ ਹਰ ਖੇਡ ਦਾ ਇੱਕ ਕਬੱਡੀ ਕੱਪ ਹੁੰਦਾ ਜੀ, ਵਿਸ਼ਵ ਕਬੱਡੀ ਕੱਪ ਇੱਕ ਹੋਣਾ ਚਾਹੀਦਾ। ਹਰ ਖੇਡ ਦਾ ਵਿਸ਼ਵ ਕੱਪ ਜਿਹੜਾ ਹੁੰਦਾ ਉਹ ਇੱਕ ਹੁੰਦਾ, ਫੁੱਟਬਾਲ, ਕ੍ਰਿਕਟ, ਹਾਕੀ, ਕੋਈ ਵੀ ਹੈ। ਅੱਜ ਅਸੀਂ ਪਿਛਲੇ ਸਮਿਆਂ ਦੇ ਵਿੱਚ ਵਿਸ਼ਵ ਕਬੱਡੀ ਕੱਪ ਦਾ ਇੱਕ ਲੋਗੋ ਜਿਹੜਾ ਉਹ ਪਿੰਡ ਪੱਧਰ ਦੇ ਉੱਤੇ ਲਾਗੂ ਕਰ ਦਿੱਤਾ ਕਿ ਜਿੰਨੇ ਵੀ ਕਬੱਡੀ ਕਰਾਉਣੀ ਹੈ ਪੰਜਾਬੀਆਂ ਦਾ ਇਹ ਸਰਾਪ ਰਿਹਾ ਤਾਂ ਅੱਗੇ ਨਹੀਂ ਅਸੀਂ ਵੱਧ ਸਕੇ, ਅਤੇ ਹਰ ਇੱਕ ਚੀਜ਼ ਨੂੰ ਕਰ ਦਿੱਤਾ ਜੀ ਇਹ ਵਿਸ਼ਵ ਕਬੱਡੀ ਕੱਪ ਹੈ, ਵਿਸ਼ਵ ਕਬੱਡੀ ਕੱਪ ਹੈ। ਜੇਕਰ 300 ਸਾਲ ਦੇ ਵਿੱਚ ਵਿਸ਼ਵ ਕਬੱਡੀ ਕੱਪ ਹੋਣਗੇ ਤਾਂ ਫਿਰ ਅਸਲੀ ਵਿਸ਼ਵ ਕਬੱਡੀ ਕੱਪ ਕੀ ਹੋਏਗਾ? ਅੱਜ ਉਸੇ ਤਰਜ਼ ਦੇ ਉੱਤੇ ਪੰਜਾਬੀ ਕਾਨਫਰੰਸਾਂ ਦਾ ਹਾਲ ਹੋ ਗਿਆ ਕਿ ਹਰ ਥਾਂ ਦੇ ਉੱਤੇ ਰੱਖੀ ਜਾਣ ਵਾਲੀ ਕਾਨਫਰੰਸ ਜਿਹੜੀ ਉਸ ਦਾ ਨਾਂ ਵਿਸ਼ਵ ਪੰਜਾਬੀ ਕਾਨਫਰੰਸ ਹੁੰਦਾ ਹੈ। ਬਹੁਤੇ ਲੋਕਾਂ ਦਾ ਪੰਜਾਬੀ ਸਾਹਿਤ ਦੇ ਨਾਲ, ਪੰਜਾਬੀ ਲਿਟਰੇਚਰ ਦੇ ਨਾਲ ਲਗਾਓ ਨਹੀਂ ਹੁੰਦਾ, ਪਰ ਮਾਂ ਬੋਲੀ ਦੇ ਨਾਲ ਪਿਆਰ ਹੁੰਦਾ ਹੈ। ਉਹ ਕੰਮ ਕਰਨਾ ਚਾਹੁੰਦੇ ਨੇ ਕਿ ਕੁਛ ਨਾ ਕੁਛ ਕੀਤਾ ਜਾਵੇ, ਪਰ ਵਾਸਤਵ ਦੇ ਵਿੱਚ ਉਹਨਾਂ ਨੂੰ ਇਹ ਕੋਈ ਲੈਕਾ ਦੇ ਕਰਨੀ ਹੁੰਦਾ ਕਿ ਇੱਥੇ ਕੀ ਹੋ ਰਿਹਾ। ਅੱਜ ਦੀ ਤਰੀਕ ਦੇ ਵਿੱਚ, ਅੱਜ ਵਿਦੇਸ਼ ਦੇ ਵਿੱਚ ਕਈ ਥਾਵਾਂ ਦੇ ਉੱਤੇ ਵਿਸ਼ਵ ਪੰਜਾਬੀ ਕਾਨਫਰੰਸ ਨਾਂ ਦੀਆਂ ਕਾਨਫਰੰਸਾਂ ਆਯੋਜਿਤ ਕੀਤੀਆਂ ਜਾਂਦੀਆਂ ਨੇ, ਪਰ ਜਦੋਂ ਵਾਸਤਵ ਦੇ ਵਿੱਚ ਗੈਰ ਕੈਮਰਾ ਰਾਹੀਂ ਦੇ ਨਾਲ ਉਸ ਚੀਜ਼ ਨੂੰ ਦੇਖਿਆ ਜਾਵੇ ਤਾਂ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਅੱਜ ਦੀ ਤਰੀਕ ਦੇ ਵਿੱਚ ਪੰਜਾਬੀ ਜ਼ਬਾਨ ਜੇਕਰ ਵਿਸ਼ਵ ਪੰਜਾਬੀ ਕਾਨਫਰੰਸ ਕਰਾਉਣੀ ਹੈ ਤਾਂ ਉਸ ਦਾ ਮੁੱਖ ਵਾਸਤਵ ਦੇ ਵਿੱਚ ਵਿਸ਼ਾ ਵਸਤੂ ਇਹ ਹੋਣਾ ਚਾਹੀਦਾ ਕਿ ਪੰਜਾਬੀ ਜ਼ਬਾਨ ਨੂੰ ਯੂਨੈਸਕੋ ਨੇ ਵੀ ਕਹਿ ਦਿੱਤਾ ਕਿ ਖਤਰਾ ਹੈ, ਅਤੇ ਉਸ ਖਤਰੇ ਤੋਂ ਬਚਣ ਵਾਸਤੇ ਅਸੀਂ ਬੈਠ ਕੇ 2-3 ਦਿਨ ਵਿਚਾਰਾਂ ਕਰੀਏ ਕਿ ਉਸ ਖਤਰੇ ਨੂੰ ਕਿਵੇਂ ਟਾਲਿਆ ਜਾ ਸਕਦਾ ਅਤੇ ਪੰਜਾਬੀ ਜ਼ਬਾਨ ਦੇ ਉੱਤੇ ਕਿਵੇਂ ਗੱਲ ਕੀਤੀ ਜਾ ਸਕਦੀ ਹੈ। ਜੇਕਰ ਦੁੱਧ ਵਾਲੀ ਬੋਤਲ ਦੇ ਵਿੱਚ ਅਸੀਂ ਸ਼ਰਬਤ ਲੈ ਕੇ ਆਵਾਂਗੇ ਅਤੇ ਜਾਂ ਰੂਹ ਅਫਜ਼ੇ ਦੀ ਬੋਤਲ ਦੇ ਵਿੱਚ ਲੱਸੀ ਪਾ ਦਿਆਂਗੇ ਤਾਂ ਮੇਰਾ ਖਿਆਲ ਹੈ ਕਿ ਉਹ ਉਸ ਸਬਜੈਕਟ ਨਾਲ ਅਤੇ ਉਸ ਕੰਮ ਦੇ ਨਾਲ ਕਦੇ ਵੀ ਇਨਸਾਫ ਜਿਹੜਾ ਉਹ ਨਹੀਂ ਹੁੰਦਾ। ਦੂਸਰੀ ਗੱਲ ਅੱਜ ਦੇਖਣ ਵਾਲੀ ਹੈ ਕਿ ਪੰਜਾਬੀ ਜ਼ਬਾਨ ਨੂੰ ਜਿਹੜਾ ਸਭ ਤੋਂ ਵੱਡਾ ਖਤਰਾ ਕਿੱਥੇ ਹੈ? ਜੇ ਪੰਜਾਬੀ ਜ਼ਬਾਨ ਨੂੰ ਸਭ ਤੋਂ ਵੱਡਾ ਖਤਰਾ ਤਾਂ ਉਹ ਪੰਜਾਬ ਦੀ ਧਰਾਤਲ 'ਤੇ ਹੈ ਜਿੱਥੋਂ ਪੰਜਾਬੀ ਜ਼ਬਾਨ ਉੱਗੀ ਹੈ, ਜਿੱਥੋਂ ਪਨੀਰੀ ਖਤਮ ਹੋਈ ਹੈ। ਕਿੱਥੋਂ ਪਨੀਰੀ ਸ਼ੁਰੂ ਹੁੰਦੀ ਸੀ ਪੰਜਾਬੀ ਜ਼ਬਾਨ ਦੀ? ਫੱਟੀਆਂ ਦੇ ਉੱਤੋਂ, ਊੜੇ ਐੜੇ ਤੋਂ ਲੈ ਕੇ। ਪਿਛਲੀਆਂ 20 ਸਾਲਾਂ ਦੀਆਂ ਸਰਕਾਰਾਂ ਨੇ ਪੰਜਾਬ ਦੇ ਵਿੱਚ ਹਰ ਪਿੰਡ ਦੇ ਕੋਲ ਘੱਟੋ ਘੱਟ ਛੋਟੇ ਤੋਂ ਛੋਟਾ ਮਧਿਅਮ ਵਿਰਾਸਤ ਜਾਂ ਉਹਨਾਂ ਦੀ ਪ੍ਰੋਪਰਟੀ ਕੀ ਹੁੰਦੀ ਸੀ, ਸਾਡੇ ਸਕੂਲ ਪਿੰਡ ਦੇ ਵਿੱਚ ਪ੍ਰਾਇਮਰੀ ਸਕੂਲ ਵੀ ਹੈ, ਪ੍ਰਾਇਮਰੀ ਸਕੂਲਾਂ ਦਾ ਭੋਗ ਪਾ ਦਿੱਤਾ ਗਿਆ, ਊੜੇ ਐੜੇ ਦਾ ਖਾਤਮਾ ਕਰ ਦਿੱਤਾ ਗਿਆ। ਪ੍ਰਾਇਮਰੀ ਸਕੂਲਾਂ 'ਚ ਪੜ੍ਹਾਉਣ ਵਾਲੇ JBT ਕੋਰਸ ਵਾਲੇ ਅਧਿਆਪਕਾਂ ਵਾਸਤੇ, JBT ਦਾ ਕੋਰਸ ਕਰਨ ਵਾਸਤੇ ਪੰਜਾਬ ਦੇ ਵਿੱਚ ਕੋਈ ਥਾਂ ਨਹੀਂ ਬਚੀ। ਉਹਨਾਂ ਦੀ ਥਾਂ ਲੈ ਲਈ ਮਾਡਲ ਸਕੂਲਾਂ ਨੇ ਜਿਹਨਾਂ ਕੋਲ ਰਿਕਸ਼ੇ, ਵਰਦੀ, ਟੈਂਪੂ ਅਤੇ ਇੱਕ ਵੱਡਾ ਬੋਰਡ ਬਚਿਆ। ਨਾ ਗਰਾਊਂਡਾਂ ਬਚੀਆਂ, ਨਾ ਪੇਂਡੂ ਸੱਭਿਆਚਾਰ ਬਚਿਆ, ਔਰ ਭੋਲੇ ਭਾਲੇ ਪੰਜਾਬੀ ਉਸ ਦੇ ਵਿੱਚ ਗ੍ਰਸ ਹੁੰਦੇ ਰਹੇ। 10ਵੀਂ ਪਾਸ ਜਾਂ 10ਵੀਂ ਫੇਲ ਬੱਚੀਆਂ ਉੱਥੇ
ਛੋਟੀ ਛੋਟੀ ਤਨਖਾਹ ਦੇ ਉੱਤੇ ਰੱਖ ਕੇ ਸਿਰਫ ਇਸ ਗੱਲ ਦੇ ਉੱਤੇ ਲਾ ਦਿੱਤੀਆਂ ਗਈਆਂ ਕਿ ਕਿਸ ਢੰਗ ਦੇ ਨਾਲ ਅਸੀਂ ਫਿਰਤੂ ਕਲਚਰ ਲਾਗੂ ਕਰਨਾ ਔਰ ਹਿੰਦੀ ਜਾਂ ਅੰਗਰੇਜ਼ੀ ਦੇ ਵਿੱਚ ਬੱਚਿਆਂ ਨੂੰ ਹਾਊ ਆਰ ਯੂ ਜਾਂ ਕੈਸੇ ਹੋ ਬੁਲਾ ਕੇ ਈਵਨ ਟੈਲ ਸਾਡੀ ਪੰਜਾਬ ਦੀ ਵਿਰਾਸਤ ਸਤਿ ਸ਼੍ਰੀ ਅਕਾਲ ਜਾਂ ਸਤਿ ਸ਼੍ਰੀ ਅਕਾਲ ਦਾ ਭੋਗ ਹੀ ਪਾ ਦਿੱਤਾ ਗਿਆ ਹੈ। ਅੱਜ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀ ਜ਼ਬਾਨ ਵਾਸਤੇ ਫਿਕਰਮੰਦ ਲੋਕ ਜਿਹੜੇ ਨੇ ਉਹ ਇਹ ਭੁੱਲ ਬੈਠੇ ਕਿ ਗੱਲ ਤਾਂ ਪਨੀਰੀ ਦੀ ਹੈ, ਅਸੀਂ ਝੋਨੇ ਦੀ ਕੁੱਟੀ ਹੋਈ ਮੁੰਜ ਨੂੰ ਬਕਾਇਦਾ ਤੌਰ ਦੇ ਉੱਤੇ ਵਿਸ਼ਵ ਦੇ ਨਾਂ ਦੇ ਉੱਤੇ ਪੰਜਾਬੀ ਕਾਨਫਰੰਸਾਂ ਕਰਕੇ ਵਿਦੇਸ਼ਾਂ ਦੇ ਵਿੱਚ ਝਾੜੇ ਹੋਏ ਝੋਨੇ ਨੂੰ ਮੁੜ ਕੇ ਝਾੜਨ ਦੀ ਕੋਸ਼ਿਸ਼ ਕਰ ਰਹੇ ਹਾਂ। ਬਹੁਤ ਕੁਛ ਨਵਿਆਉਣ ਵਾਲਾ ਹੈ, ਕੰਮ ਕਰਨ ਵਾਲਾ, ਤਾਂ ਹਮੇਸ਼ਾ ਗੱਲ ਕੀਤੀ ਪਿੰਡ ਪੱਧਰ ਤੋਂ ਕੰਮ ਕਰਨ ਵਾਲਾ ਹੈ। ਅੱਜ ਫੱਟੀ ਵਾਪਸ ਲਿਆਉਣ ਦੀ ਲੋੜ ਹੈ, ਅੱਜ ਊੜਾ ਐੜਾ ਵਾਪਸ ਲਿਆਉਣ ਦੀ ਲੋੜ ਹੈ। ਕਿਹਨੇ ਗਵਾਇਆ? ਰਾਜਸੀ ਲੋਕਾਂ ਨੇ। ਅਸੀਂ ਫਿਰ ਵੀ ਕਾਨਫਰੰਸਾਂ ਦੇ ਨਾਂ ਦੇ ਉੱਤੇ ਰਾਜਸੀ ਲੋਕਾਂ ਦੀ ਪਿੱਠ ਥਾਪੜਦੇ ਰਹੇ, ਅਸਲੀ ਬਿਮਾਰੀ ਨੂੰ ਕਦੇ ਵੀ ਫੜ ਨਾ ਸਕੇ। ਵਿਸ਼ਵ ਪੰਜਾਬੀ ਕਾਨਫਰੰਸਾਂ ਦੇ ਵਿੱਚ ਕੀ ਕਰਨਾ ਚਾਹੀਦਾ, ਕੀ ਹੁੰਦਾ ਹੈ? ਜੇ ਅਸੀਂ ਉਹ ਸ਼ੀਸ਼ਾ ਨਾ ਦਿਖਾਈਏ ਤਾਂ ਮੇਰਾ ਖਿਆਲ ਹੈ ਕਿ ਸਾਡੇ ਵੀ ਮੀਡੀਏ ਦੇ ਨਾ ਹੋਣ ਵਰਗੀ ਸਥਿਤੀ ਅੱਜ ਵਿਦੇਸ਼ ਦੇ ਵਿੱਚ ਵੀ ਪੈਦਾ ਹੋਏਗੀ, ਕਿਉਂਕਿ ਕੋਈ ਵੀ ਕਹਿ ਸਕਦਾ ਅਤੇ ਆਪਣਿਆਂ ਨੂੰ ਕਹਿ ਸਕਦਾ। ਅੱਜ ਮੇਰੇ ਨਾਲ ਉਹ ਸ਼ਖਸੀਅਤ ਇਸ ਵਿਸ਼ੇ ਦੇ ਉੱਤੇ ਚਰਚਾ ਕਰਨ ਵਾਸਤੇ ਹਾਜ਼ਰ ਹੈ, ਜਿਹੜੀ ਸ਼ਖਸੀਅਤ ਬਕਾਇਦਾ ਤੌਰ ਦੇ ਉੱਤੇ ਹਰਿਆਣੇ ਦੀ ਪੰਜਾਬੀ ਸਾਹਿਤ ਅਕਾਡਮੀ ਦੇ ਡਾਇਰੈਕਟਰ ਨੇ ਔਰ ਇਹ ਪੋਸਟ ਜਿਹੜੀ ਹੈ ਚੀਫ ਮਿਨਿਸਟਰ ਵੱਲੋਂ ਕ੍ਰੀਏਟ ਕੀਤੀ ਹੋਈ ਪੋਸਟ ਹੈ ਔਰ ਉਹਨਾਂ ਦੇ ਦੱਸਣ ਅਨੁਸਾਰ ਅੱਜ ਪੰਜਾਬ ਦੀ ਸਾਹਿਤ ਅਕਾਡਮੀ ਜਿਹੜੀ ਪੰਜਾਬੀ ਸਾਹਿਤ ਅਕਾਡਮੀ ਹੈ ਉਸ ਕੋਲ ਕੋਈ ਫੰਡ ਨਹੀਂ। ਉਸ ਦੇ ਮੁਕਾਬਲੇ ਗੁਆਂਢੀ ਮੁਲਕ ਹਰਿਆਣਾ ਜਿਹੜਾ ਉਹ 58 ਸਮਾਗਮਾਂ ਦੀ 8 ਮਹੀਨੇ ਦੇ ਵਿੱਚ ਪੰਜਾਬੀ ਦੇ ਸਮਾਗਮਾਂ ਦੀ ਨੁਮਾਇੰਦਗੀ ਕਰ ਰਿਹਾ ਅਤੇ ਅਸੀਂ ਪੰਜਾਬੀ ਵਿਦੇਸ਼ਾਂ ਦੇ ਵਿੱਚ ਵਿਸ਼ਵ ਕਾਨਫਰੰਸਾਂ ਕਰਾ ਕੇ ਰਾਜਨੀਤਿਕ ਲੋਕਾਂ ਨੂੰ ਕੀ ਸੰਦੇਸ਼ ਦਿੰਦੇ ਹਾਂ ਅਤੇ ਇੱਥੋਂ ਕਿਹੜੀ ਪਨੀਰੀ ਬੀਜਣ ਦੀ ਗੱਲ ਕਰਦੇ ਹਾਂ? ਸਾਡੀਆਂ ਕਾਨਫਰੰਸਾਂ ਦੇ ਵਿੱਚ ਕੀ ਹੋਣਾ ਚਾਹੀਦਾ? ਸਾਡੀਆਂ ਕਾਨਫਰੰਸਾਂ ਦੇ ਵਿੱਚ ਹੁੰਦਾ ਕੀ ਹੈ? ਸਾਡੀਆਂ ਕਾਨਫਰੰਸਾਂ ਊੜੇ ਨੂੰ ਸਾਂਭਣ ਦੀ ਅਤੇ ਊੜੇ ਦੇ ਗੁਆਚਣ ਦੀ ਅਤੇ ਊੜੇ ਨੂੰ ਲੱਭਣ ਦੀ ਗੱਲ ਕਰਨੀ ਚਾਹੀਦੀ ਹੈ, ਜਦਕਿ ਅਸੀਂ ਉਹਨਾਂ ਕਾਨਫਰੰਸਾਂ ਦੇ ਵਿੱਚ ਸਾਹਿਤਕਾਰਾਂ ਦੇ ਪਰਚਿਆਂ ਦੀ ਥਾਂ ਦੇ ਉੱਤੇ ਪੁਲਿਸ ਅਫਸਰਾਂ ਨੂੰ ਨਵਾਜ਼ ਕੇ ਪੰਜਾਬ ਦੇ ਵਿੱਚ ਚਿੱਟੇ ਦੀ ਗੱਲ ਕਰ ਰਹੇ ਹਾਂ, ਜਦਕਿ ਚਿੱਟਾ ਸਾਨੂੰ ਵੀ ਪਤਾ ਕਿੱਥੋਂ ਆਉਂਦਾ, ਕਿਵੇਂ ਮੁੱਕਣਾ ਅਤੇ ਕੀ ਉਸ ਦੀ ਗੱਲ ਹੈ। ਭਾਵ ਕਿ ਜਿਹੜੀ ਬੋਤਲ ਦੇ ਵਿੱਚ ਦੁੱਧ ਹੋਣਾ ਚਾਹੀਦਾ ਉਸ ਦੇ ਵਿੱਚ ਅਸੀਂ ਸ਼ਰਬਤ ਜਾਂ ਕੋਕਾ ਕੋਲਾ ਪਾ ਕੇ ਵੇਚਣ ਦੀ ਗੱਲ ਕਰਦੇ ਹਾਂ, ਮੇਰਾ ਖਿਆਲ ਇਹ ਪੰਜਾਬੀ ਜ਼ੁਬਾਨ ਦੇ ਨਾਲ ਕੋਈ ਇਨਸਾਫ ਵਾਲੀ ਗੱਲ ਨਹੀਂ। ਅੱਜ ਮੇਰੇ ਕੋਲ ਨੇ ਹਰਿਆਣਾ ਪੰਜਾਬੀ ਸਾਹਿਤ ਅਕਾਡਮੀ ਦੇ ਡਾਇਰੈਕਟਰ ਗੁਰਮਿੰਦਰ ਸਿੰਘ ਜੀ ਔਰ ਜਿਨ੍ਹਾਂ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਸਿੱਖ ਰਾਜ ਦੇ ਸਭ ਤੋਂ ਵੱਡੇ ਕਿਲੇ ਔਰ ਰਾਜਧਾਨੀ ਲੋਹਗੜ੍ਹ ਦੀ ਖੋਜ ਦੇ ਉੱਤੇ ਬਹੁਤ ਵੱਡਾ ਕੰਸੈਪਟ ਕੀਤਾ, ਜਿਨ੍ਹਾਂ ਨੇ ਉਸ ਤੋਂ ਅੰਗਰੇਜ਼ੀ ਮਰਾਠੀ ਪੰਜਾਬੀ ਜ਼ਬਾਨ ਦੇ ਵਿੱਚ ਉਹਨਾਂ ਕਿਤਾਬਾਂ ਦਾ ਰੂਪਾਂਤਰ ਕਰਕੇ ਬਕਾਇਦਾ ਤੌਰ 'ਤੇ ਹਰਿਆਣੇ ਦੀ ਸਰਕਾਰ ਦੇ ਸਹਿਯੋਗ ਨਾਲ ਹੀ ਉਸ ਨੂੰ ਇਤਿਹਾਸਕ ਦਸਤਾਵੇਜ਼ ਭਾਵੇਂ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਉਹਨਾਂ ਦੇ ਰਾਹਾਂ ਦੇ ਵਿੱਚ ਰੋੜਾ ਬਣਦੀ ਰਹੀ, ਪਰ ਉਹ ਆਪਣੇ ਮਿਸ਼ਨ ਤੋਂ ਕਦੇ ਭਟਕੇ ਨਹੀਂ, ਪਰ ਇਸ ਨੂੰ ਅੱਗੇ 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 ਹੋਰ ਲੈ ਕੇ ਚੱਲਦੇ ਰਹੇ ਔਰ ਉਹ ਸਾਡੇ ਨਾਲ ਨੇ। ਗੁਰਵਿੰਦਰ ਸਿੰਘ ਜੀ, ਸਭ ਤੋਂ ਪਹਿਲਾਂ ਤੁਹਾਨੂੰ ਫਤਿਹ ਅਰਜ਼ ਕਰਦਾ, ਵਾਹਿਗੁਰੂ ਜੀ ਕੀ ਫਤਿਹ। ਮੁਬਾਰਕ ਹੈ ਲੋਹਗੜ੍ਹ ਦੇ ਸੰਬੰਧੀ। ਸਭ ਤੋਂ ਪਹਿਲਾਂ ਮੈਂ ਸਮਝਾਂਗਾ ਕਿ ਅੰਗਰੇਜ਼ੀ ਦੁਨੀਆ ਦਾ ਸਭ ਤੋਂ ਵੱਡਾ ਕਿਲਾ, ਸਿੱਖ ਰਾਜ ਦੀ ਰਾਜਧਾਨੀ, ਉਸ ਨੂੰ ਹਿੰਦੀ ਮਰਾਠੀ ਪੰਜਾਬੀ ਕੰਨੜ ਔਰ ਕੰਨੜ ਭਾਸ਼ਾ ਦੇ ਵਿੱਚ ਉਹਨਾਂ ਕਿਤਾਬਾਂ ਨੂੰ ਸਾਹਿਤ ਦੇ ਰੂਪ ਦੇ ਵਿੱਚ ਜਿਹੜਾ ਉਹ ਤੁਸੀਂ ਅੱਗੇ ਤੋਰਿਆ। ਅੱਜ ਤੁਸੀਂ ਵਿਸ਼ਵ ਪੰਜਾਬੀ ਕਾਨਫਰੰਸ ਦੇ ਮਹਿਮਾਨ ਬਣ ਕੇ ਵਗੈਰਾ ਤੌਰ ਦੇ ਉੱਤੇ ਵਿਸ਼ਵ ਪੰਜਾਬੀ ਕਾਨਫਰੰਸ ਦੇ ਵਿੱਚ ਆਏ, ਸਭ ਤੋਂ ਪਹਿਲਾਂ ਤਾਂ ਮੈਂ ਪੁੱਛਣਾ ਚਾਹਾਂਗਾ ਕਿ ਵਿਸ਼ਵ ਪੰਜਾਬੀ ਕਾਨਫਰੰਸ ਦੇ ਉਸ ਵਿਹੜੇ ਦੇ ਵਿੱਚ ਆ ਕੇ ਜਿਸ ਮਿਸ਼ਨ ਨੂੰ ਲੈ ਕੇ ਆਏ ਸੀ ਉਸ ਨੂੰ ਪੂਰਾ ਕਰਕੇ ਆਏ ਹੋ,
ਜਾਂ ਨਹੀਂ, ਜਾਂ ਕੀ ਮਹਿਸੂਸ ਕਰਦੇ ਹੋ? ਸਭ ਤੋਂ ਪਹਿਲਾਂ ਤੁਸੀਂ ਇੱਕ ਗੱਲ ਕਹੀ ਹੋਣੀ ਕਿ ਤੁਸੀਂ ਵਿਸ਼ਵ ਪੰਜਾਬੀ ਕਾਨਫਰੰਸ ਦੇ ਮਹਿਮਾਨ ਆਏ ਔਰ ਤੁਹਾਡਾ ਕੀ ਉੱਥੋਂ ਦਾ ਐਕਸਪੀਰੀਅੰਸ ਹੈ? ਸਭ ਤੋਂ ਪਹਿਲਾਂ ਮੈਂ ਕਹਾਂਗਾ ਮਹਿਮਾਨ ਸ਼ਬਦ ਮੇਰੇ ਵਾਸਤੇ ਬੜਾ ਗਲਤ ਹੈ, ਕਿਉਂਕਿ ਜਿੰਨਾ ਮਾਣ ਦੇ ਕੇ ਉਹਨਾਂ ਨੇ ਸਾਨੂੰ ਇਨਵੀਟੇਸ਼ਨ ਦੇ ਕੇ, ਜੋ ਟੋਪਿਕ ਸਾਨੂੰ ਦੇ ਕੇ ਔਰ ਇੱਥੇ ਬੁਲਾਉਣ ਤੋਂ ਬਾਅਦ ਪਛਾਣਨ ਤੋਂ ਇਨਕਾਰ ਕਰ ਦਿੱਤਾ ਔਰ ਸਾਡੇ 'ਤੇ ਕੰਡੀਸ਼ਨਾਂ ਲਗਾ ਦਿੱਤੀਆਂ ਕਿ ਤੁਸੀਂ ਗੁਰੂ ਨਾਨਕ ਸਾਹਿਬ ਦੇ 550 ਵਰ੍ਹੇ ਜਿਹਦੇ 'ਤੇ ਤਿਆਰੀ ਕਰਕੇ ਆਏ ਹੋ, ਉਹ ਤੁਸੀਂ ਨਹੀਂ ਬੋਲਣਾ। ਲੋਹਗੜ੍ਹ ਜਿਹੜਾ ਤੁਸੀਂ ਦੁਨੀਆ ਦਾ ਸਭ ਤੋਂ ਵੱਡਾ ਕਿਲ੍ਹਾ ਖੋਜਿਆ, ਤੁਸੀਂ ਉਹ ਗੱਲ ਨਹੀਂ ਕਰਨੀ। ਹਰਿਆਣੇ ਦੇ ਅੰਦਰ ਪੰਜਾਬੀ ਦੀ ਸਥਿਤੀ ਬੈਟਰ ਹੋ ਗਈ, ਤੁਸੀਂ ਉਹ ਗੱਲ ਨਹੀਂ ਕਰਨੀ। ਤੁਸੀਂ ਕੇਵਲ ਔਰ ਕੇਵਲ ਪੰਜਾਬ ਦੇ ਅੰਦਰ ਪੰਜਾਬੀਆਂ ਦੀ ਜਿਹੜੇ ਚਿੱਟੇ ਖਾਣ ਦੀ ਆਦਤ ਪੈ ਗਈ ਹੈ ਉਸ 'ਤੇ ਗੱਲ ਕਰਦੀ, ਔਰ ਮਾੜਾ ਬੜਾ ਹੈਰਾਨ ਸੀ ਕਿ ਚਿੱਟਾ ਕਦੀ ਜਾਤ ਨਹੀਂ ਪੁੱਛਦਾ, ਚਿੱਟਾ ਕਦੀ ਭਾਸ਼ਾ ਨਹੀਂ ਪੁੱਛਦਾ। ਅਤੇ ਤੁਸੀਂ ਅੱਜ ਦੁਨੀਆ ਨੂੰ ਇਹ ਕਹਿਣ ਦੀ ਕੋਸ਼ਿਸ਼ ਕਰੋ ਕਿ ਪੰਜਾਬੀ ਚਿੱਟੇ ਦਾ ਗ੍ਰਸਤ ਹੋ ਗਿਆ, ਮੈਂ ਇਸ ਤੋਂ ਹੀ ਸਹਿਮਤ ਨਹੀਂ ਸੀ ਔਰ ਉਸ ਮਾਹੌਲ ਤੋਂ ਵੀ ਮੈਂ ਸਹਿਮਤ ਨਹੀਂ ਸੀ ਜੋ ਉੱਥੇ ਮੈਂ ਆਪਣੀ ਅੱਖਾਂ ਨਾਲ ਟੋਰੋਂਟੋ 'ਚ, ਬਰੋਮਟਨ 'ਚ ਦੇਖਿਆ। ਜੀ 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 ਤੁਹਾਡੇ ਹਿਸਾਬ ਦੇ ਨਾਲ ਵਿਸ਼ਵ ਪੰਜਾਬੀ ਕਾਨਫਰੰਸ ਦੇ ਨਾਂ ਦੇ ਉੱਤੇ ਤੁਸੀਂ ਇੱਕ ਬਹੁਤ ਜ਼ਿੰਮੇਵਾਰ ਪੋਸਟ ਦੇ ਉੱਤੇ ਹੋ ਹਰਿਆਣੇ ਦੇ ਵਿੱਚ ਬਕਾਇਦਾ ਤੌਰ ਦੇ ਉੱਤੇ, ਔਰ ਤੁਸੀਂ ਇਹ ਦੱਸਿਆ ਕਿ ਅਸੀਂ 58 ਪ੍ਰੋਗਰਾਮ ਹੁਣ ਤੱਕ ਉਹਨਾਂ ਦੀ ਨੁਮਾਇੰਦਗੀ ਕਰ ਚੁੱਕੇ ਹਾਂ ਬਕਾਇਦਾ ਤੌਰ ਦੇ ਉੱਤੇ ਪੰਜਾਬੀ ਜ਼ਬਾਨ ਵਾਸਤੇ। ਕੀ ਤਵੱਕੋ ਕਰਦੇ ਹਾਂ ਕਿ ਵਿਦੇਸ਼ ਦੇ ਵਿੱਚ ਜੇਕਰ ਵਿਸ਼ਵ ਪੰਜਾਬੀ ਕਾਨਫਰੰਸ ਹੋਵੇ ਉਸ ਦਾ ਦਾਇਰਾ ਕਿਹੋ ਜਿਹਾ ਹੋਣਾ ਚਾਹੀਦਾ? 200 ਮਹਿਮਾਨ ਕਿਸੇ ਹਾਲ ਦੇ ਵਿੱਚ ਬਿਠਾਲ ਕੇ ਬੈਨਰ ਲਗਾ ਕੇ ਮੇਰਾ ਕਹਿ ਲਿਆ ਕਿ ਉਸ ਦਾ ਮੈਸੇਜ ਨਹੀਂ ਜਾਂਦਾ, ਅੰਤਰਰਾਸ਼ਟਰੀ ਪੱਧਰ ਦੇ ਉੱਤੇ ਉਸ ਦਾ ਮੈਸੇਜ ਦੇਣ ਵਾਸਤੇ ਵਿਸ਼ਵ ਪੰਜਾਬੀ ਕਾਨਫਰੰਸ ਦੀ ਰੂਪਰੇਖਾ ਕਿਹੋ ਜਿਹੀ ਹੋਵੇ? ਸਭ ਤੋਂ ਪਹਿਲਾਂ ਕਾਨਫਰੰਸ, ਸੈਮੀਨਾਰ, ਲੈਕਚਰ, ਡੈਲੀਬਰੇਸ਼ਨ, ਡਿਬੇਟ, ਇਹ ਸਾਰੇ ਲਫ਼ਜ਼ ਆਪਸ ਵਿੱਚ ਬਹੁਤ ਜ਼ਿਆਦਾ ਫਰਕ ਨੇ। ਮੈਂ ਜਿਹੜਾ ਇੱਥੇ ਹੁਣੇ ਬਰੋਮਟਨ 'ਚ ਪ੍ਰੋਗਰਾਮ ਅਟੈਂਡ ਕਰਕੇ ਆਇਆ, ਮੈਂ ਪਹਿਲੀ ਗੱਲ ਤਾਂ ਉਹਨੂੰ ਕਾਨਫਰੰਸ ਹੀ ਨਹੀਂ ਮੰਨਦਾ, ਕਿਉਂਕਿ ਕਾਨਫਰੰਸਾਂ ਜ਼ਿੰਦਗੀ 'ਚ ਮੈਨੂੰ ਵੀ ਕਾਫੀ ਅਟੈਂਡ ਕਰਨ ਦਾ ਮੌਕਾ ਲੱਗਿਆ। ਕਾਨਫਰੰਸ ਉਹ ਹੁੰਦੀ ਜਿੱਥੇ ਵਿਚਾਰਾਂ ਦਾ ਆਦਾਨ ਔਰ ਪ੍ਰਦਾਨ ਹੁੰਦਾ, ਜਿੱਥੇ ਕੁਝ ਕੁਐਸਚਨਸ, ਕੁਝ ਡਿਬੇਟਸ ਵੀ ਹੁੰਦੀਆਂ ਨੇ। ਇਹ ਸਨ ਸੈਮੀਨਾਰ ਜਿਨ੍ਹਾਂ 'ਚ ਇਹ ਲੈਕਚਰ ਕੁਛ ਲੋਕਾਂ ਨੂੰ ਜੋ ਕਿ ਇਹਨਾਂ ਨੇ ਆਪਣੇ ਥਾਪੇ ਹੋਏ ਪ੍ਰੋਮਿਨੈਂਟ ਲੋਕ ਸਨ ਉਹਨਾਂ ਨੂੰ ਇਹਨਾਂ ਨੇ ਜ਼ਿਆਦਾ ਅੱਗੇ ਲਿਜਾਣ ਦੀ ਕੋਸ਼ਿਸ਼ ਕੀਤੀ, ਔਰ ਬਹੁਤ ਕੁਆਲੀਫਾਈਡ, ਬੜੇ ਐਕਸਪੀਰੀਅੰਸ ਵਾਲੇ ਜਿਹੜੇ ਉੱਥੇ ਸੈਂਕੜੋ ਪ੍ਰੋਫੈਸਰ ਆਏ ਹੋਏ ਸਨ ਅਲੱਗ ਅਲੱਗ ਯੂਨੀਵਰਸਿਟੀਜ਼ ਔਰ ਕਾਲਜਸ ਤੋਂ। ਮੈਂ ਹੈਰਾਨ ਰਹਿ ਗਿਆ ਜਦੋਂ ਸਟੋਪ ਵਾਚ ਲਗਾ ਕੇ ਹਰ ਪ੍ਰੋਫੈਸਰ ਨੂੰ 2 ਮਿੰਟ ਤੋਂ ਬਾਅਦ ਘੜੀ ਦਿਖਾ ਦਿੱਤੀ ਜਾਂਦੀ ਸੀ ਔਰ 3 ਮਿੰਟ ਤੋਂ ਬਾਅਦ ਉਹਨੂੰ ਚੁੱਪ ਕਰਨ ਵਾਸਤੇ ਕਹਿ ਦਿੱਤਾ ਸੀ। ਮੈਂ ਹੈਰਾਨ ਰਹਿ ਗਿਆ ਕਿ ਜਿਹੜਾ ਹਿੰਦੁਸਤਾਨ ਤੋਂ 2 ਲੱਖ ਰੁਪਇਆ ਖਰਚ ਕੇ, ਜਿਹੜਾ ਹਫ਼ਤੇ ਦੀ ਛੁੱਟੀ ਲੈ ਕੇ ਇੱਕ ਸੈਮੀਨਾਰ, ਵਰਲਡ ਪੰਜਾਬੀ ਕਾਨਫਰੰਸ ਦੇ ਪੱਧਰ ਦੇ ਸੈਮੀਨਾਰ 'ਤੇ ਆਇਆ ਹੈ, ਜਦੋਂ ਉਸਨੂੰ ਕਿਹਾ ਜਾਂਦਾ ਤੁਸੀਂ 2 ਮਿੰਟ ਤੋਂ ਉੱਪਰ ਨਹੀਂ ਬੋਲਣਾ, ਮੈਨੂੰ ਬਹੁਤ ਦੁੱਖ ਹੋਇਆ। ਡੈਲੀਗੇਟ ਜਿਹੜੇ ਨੇ ਉਹ ਅਕਸਰ ਆਪਣਾ ਪੈਸਾ ਖਰਚ ਕਰਕੇ ਆਉਂਦੇ ਨੇ, ਜਾਂ ਕਿ ਬਕਾਇਦਾ ਤੌਰ ਤੇ ਸੱਦਾ ਪੱਤਰ ਦੇਣ ਵਾਲੀ ਸਭਾ ਸੋਸਾਇਟੀ ਜਿਹੜੀ ਹੈ ਉਹਨਾਂ ਦਾ ਕਿਰਾਇਆ ਤੇ ਰਹਿਣ ਸਹਿਣ ਦਾ ਬੰਦੋਬਸਤ ਕਰਦੀ ਹੈ? ਨਾ ਕੋਈ ਰਹਿਣ ਦਾ ਬੰਦੋਬਸਤ, ਨਾ ਕੋਈ ਕਿਸੇ ਕਿਸਮ ਦਾ ਕਿਰਾਏ ਦਾ ਬੰਦੋਬਸਤ। ਖੈਰ ਕਿਰਾਏ ਦੀ ਮੈਨੂੰ ਤਾਂ ਲੋੜ ਨਹੀਂ ਸੀ, ਮੇਰੀ ਤਾਂ ਮਗਰ ਸਰਕਾਰ ਬੈਠੀ ਹੈ। ਸਰਕਾਰ ਕਹਿੰਦੀ ਹੈ ਤੈਨੂੰ ਜਦੋਂ ਅਸੀਂ ਹਰਿਆਣਾ ਪੰਜਾਬੀ ਸਾਹਿਤ ਅਕੈਡਮੀ ਦਾ ਡਾਇਰੈਕਟਰ ਬਣਾਇਆ ਤਾਂ ਤੁਸੀਂ ਪੰਜਾਬੀ ਦੇ ਪ੍ਰਫੁੱਲਿਤ ਕਰਨ ਵਾਸਤੇ, ਪੰਜਾਬੀ 'ਚ ਲਿਟਰੇਚਰ ਛਾਪਣ ਵਾਸਤੇ, ਪੰਜਾਬੀ ਦੇ ਕਲਚਰ ਪ੍ਰੋਗਰਾਮ ਕਰਵਾਉਣ ਵਾਸਤੇ, ਪੰਜਾਬੀ ਦੀ ਹੋਰ ਲੈਂਗੁਏਜ ਕਨਵਰਜ਼ਨ ਕਰਵਾਉਣ ਵਾਸਤੇ, ਹੋਰ ਲੈਂਗੁਏਜਸ ਨੂੰ ਪੰਜਾਬੀ 'ਚ ਕਨਵਰਟ ਕਰਨ ਵਾਸਤੇ ਪੂਰੀ ਤਰ੍ਹਾਂ ਅਧਿਕਾਰਿਤ ਹੋ। ਔਰ ਮੈਨੂੰ ਤਾਂ ਮਾਨਯ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਖੱਟਰ ਜੀ ਨੇ ਵਿਸ਼ੇਸ਼ ਮੇਰੇ ਆਉਣ ਤੋਂ 1 ਦਿਨ ਪਹਿਲਾਂ ਆਸ਼ੀਰਵਾਦ ਦੇ ਕੇ ਭੇਜਿਆ, ਔਰ ਜਦੋਂ ਮੈਨੂੰ ਇੱਥੇ ਮੌਕਾ ਮਿਲਿਆ ਮੈਂ ਉਹਨਾਂ ਦਾ ਧਿਆਨ ਪੰਜਾਬੀਆਂ ਦੀ ਸਟਰਗਲ ਵੱਲ,
ਪੰਜਾਬੀਆਂ ਦੀ ਮਿਹਨਤ ਵੱਲ ਜੋ 47 ਦੀ ਕ੍ਰਾਸਦੀ ਹੈ, ਔਰ ਮੈਂ ਇਹਨਾਂ ਕੋਈ ਨਵੀਂ ਕ੍ਰਾਸਦੀ ਦੱਸੀ ਜਿਹੜੀ ਇੱਥੇ ਕਿਸੇ ਨੂੰ ਪਤਾ ਹੀ ਨਹੀਂ ਸੀ। ਮੈਂ ਕਿਹਾ ਅਸੀਂ ਉਹ ਹਰਿਆਣੇ ਦੇ ਪੰਜਾਬੀ ਹਾਂ ਜਿਹੜੇ ਤੁਸੀਂ ਸਾਨੂੰ ਵੈਸੇ ਤਾਂ ਛੋਟਾ ਭਰਾ ਕਹਿੰਦੇ ਹੋ ਪੰਜਾਬ ਦਾ, ਪਰ ਕਿਉਂਕਿ ਇਹ ਪੰਜਾਬ ਦੇ ਵਿੱਚੋਂ ਨਿਕਲਿਆ ਅਤੇ ਮੈਂ ਹਰਿਆਣੇ ਨੂੰ ਪੰਜਾਬ ਦਾ ਪੁੱਤਰ ਮੰਨਣਾ। ਲੇਕਿਨ ਉਹੀ ਪੁੱਤਰ ਜਿੱਥੇ ਕਿ ਪੰਜਾਬ ਦੇ ਅੰਦਰ ਤੁਸੀਂ ਪੰਜਾਬੀਅਤ ਦੀ ਘਾਟ ਸਮਝਦੇ ਹੋ, ਜਿੱਥੇ ਕੁੜੀ ਮਾਰ ਸੁਸਾਈਡ ਤੁਸੀਂ 100 ਤਰ੍ਹਾਂ ਦੇ ਪੰਜਾਬ ਦੇ ਉੱਪਰ ਲੱਖਣ ਲਗਾ ਰਹੇ ਹੋ, ਇੰਨੇ ਤਾਂ ਇਲਜ਼ਾਮ ਲਗਾਉਣੇ ਹੀ ਨਹੀਂ ਚਾਹੀਦੇ। ਫਿਰ ਮੈਂ ਉਹਨਾਂ ਨੂੰ ਦੱਸਿਆ ਕਿਸ ਤਰ੍ਹਾਂ ਹਰਿਆਣਾ ਕਿੰਨਾ ਪੰਜਾਬੀਆਂ ਦਾ ਪ੍ਰਗਤੀ ਕਰ ਰਿਹਾ, ਔਰ ਤੁਸੀਂ ਉਹਦਾ ਜ਼ਿਕਰ ਵੀ ਨਹੀਂ ਸੁਣਨਾ ਚਾਹੁੰਦੇ। ਉਹ ਆਉਂਦੇ ਤੁਸੀਂ ਹਰਿਆਣੇ ਤੋਂ ਆਏ ਹੋ, ਇਸੇ ਵਾਸਤੇ ਅਸੀਂ ਤੁਹਾਨੂੰ ਨਹੀਂ ਸੁਣਨਾ ਚਾਹੁੰਦੇ ਕਿਉਂਕਿ ਤੁਹਾਡਾ ਹਰਿਆਣਾ ਪੰਜਾਬੀ 'ਚ ਪ੍ਰਗਤੀ ਕਰ ਰਿਹਾ। ਸੋ ਸਾਨੂੰ ਉਹ ਸਪੀਕਰ ਚਾਹੀਦੇ ਨੇ ਜਿਹੜੇ ਕੇਵਲ ਚਿੱਟੇ ਔਰ ਚਿੱਟੇ ਦੇ ਰੋਣੇ ਨੂੰ ਰੋਣ। ਜੀ, ਮੈਂ ਤੁਹਾਡੇ ਨਾਲ ਜ਼ਿਕਰ ਕਰਾਂਗਾ ਬਕਾਇਦਾ ਤੌਰ ਦੇ ਉੱਤੇ ਬਹੁਤ ਵੱਡੇ ਪੱਧਰ ਦੇ ਉੱਤੇ ਵਿਦਵਾਨਾਂ ਔਰ ਬਹੁਤ ਵੱਡੇ ਪੱਧਰ ਦੇ ਉੱਤੇ ਬੁਲਾਰਿਆਂ ਨੇ ਅੱਜ ਤੱਕ ਪੰਜਾਬ ਨੂੰ ਛੱਜ ਦੇ ਵਿੱਚ ਪਾ ਕੇ ਛੱਡਿਆ, ਜਦ ਤੱਕ ਕਿ ਇਹ ਸਾਰੀਆਂ ਸਮੱਸਿਆਵਾਂ ਹਿੰਦੁਸਤਾਨ ਦੇ ਦੂਜੇ ਸੂਬਿਆਂ ਦੇ ਵਿੱਚ ਵੀ ਚੱਲਦੀਆਂ ਨੇ, ਜਦਕਿ ਇਸ ਨੂੰ ਰਾਸ਼ਟਰੀ ਸਮੱਸਿਆ ਜਿਹੜੀ ਹੈ ਉਸ ਦਾ ਮੁਲਾਂਕਣ ਕਰਨ ਵਾਸਤੇ ਰਾਸ਼ਟਰੀ ਸਮੱਸਿਆ ਦੀ ਥਾਂ ਦੇ ਉੱਤੇ ਅੱਜ ਦੀ ਤਰੀਕ ਦੇ ਵਿੱਚ ਪੰਜਾਬੀ ਸਪੀਕਰ ਸਿਰਫ ਅਤੇ ਸਿਰਫ ਇਸ ਕਾਲਖ ਦਾ ਕਲੰਕ ਜਿਹੜਾ ਉਹ ਬਕਾਇਦਾ ਤੌਰ ਦੇ ਉੱਤੇ ਨਾਮ ਕਰਨ ਵਾਂਗ ਪੰਜਾਬ ਦੇ ਮੱਥੇ ਦੇ ਉੱਤੇ ਹੀ ਲਾਉਂਦੇ ਜਿਹੜੇ ਨੇ ਉਹ ਨਜ਼ਰ ਆਏ ਨੇ। ਪਰ ਆਉਣ ਵਾਲੇ ਸਮੇਂ ਦੇ ਵਿੱਚ ਵਿਸ਼ਵ ਪੰਜਾਬੀ ਕਾਨਫਰੰਸਾਂ ਦੇ ਨਾਂ ਦੇ ਉੱਤੇ ਰੂਪਰੇਖਾ ਕਿਹੋ ਜਿਹੀ ਹੋਵੇ ਹਮੇਸ਼ਾ ਅਸੀਂ ਚਰਚਾ ਕਰਦੇ ਹਾਂ, ਔਰ ਉਦੋਂ ਤੱਕ ਕਰਦੇ ਰਹਾਂਗੇ ਜਦੋਂ ਤੱਕ ਇਹਨਾਂ ਦੀ ਰੂਪਰੇਖਾ ਜਿਹੜੀ ਆ ਉਹ ਕਮਰਸ਼ੀਅਲ ਪੱਖ ਤੋਂ ਪਰੇ ਹਟ ਕੇ ਬਕਾਇਦਾ ਤੌਰ ਦੇ ਉੱਤੇ ਪੰਜਾਬੀ ਦੇ ਸੁਧਾਰਾਂ ਵੱਲ ਨਹੀਂ ਜਾਂਦੀ। ਇਸ ਦੇ ਉੱਤੇ ਚਰਚਾ ਰੱਖਾਂਗੇ ਜਾਰੀ, ਔਰ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ 7187868652। ਪ੍ਰੋਗਰਾਮ ਰਹੇਗਾ ਇਸੇ ਤਰ੍ਹਾਂ ਜਾਰੀ, ਮਿਲਦੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਮੁੜ ਹਾਜ਼ਰ ਹੋਏ ਹਾਂ ਤੁਹਾਡੀ ਖਿਦਮਤ ਦੇ ਵਿੱਚ ਪ੍ਰੋਗਰਾਮ ਅੱਜ ਦਾ ਮੁੱਦਾ ਲੈ ਕੇ। ਮੇਰੇ ਨਾਲ ਨੇ ਸਰਦਾਰ ਗੁਰਵਿੰਦਰ ਸਿੰਘ, ਡਾਇਰੈਕਟਰ ਪੰਜਾਬੀ ਸਾਹਿਤ ਅਕਾਡਮੀ ਹਰਿਆਣਾ। ਸਰ ਸਾਹਿਬ, ਮੈਂ ਇੱਕ ਗੱਲ ਜ਼ਰੂਰ ਤੁਹਾਡੇ ਨਾਲ ਇਹ ਕਰਨੀ ਚਾਹਾਂਗਾ ਜ਼ਰੂਰ ਕਿ ਕੀ ਜਿਹੜਾ ਤੁਸੀਂ ਮੈਨੂੰ ਇਹ ਕਹਿ ਰਹੇ ਕਿ ਪੰਜਾਬੀ ਵਿਸ਼ਵ ਪੰਜਾਬੀ ਕਾਨਫਰੰਸ ਦੇ ਵਿੱਚ ਮੁੱਦਾ ਹੀ ਸਿਰਫ ਚਿੱਟੇ ਦਾ ਸੀ, ਔਰ ਕੀ ਜਿਹੜੇ ਸਾਹਿਤਕਾਰ ਪ੍ਰੋਫੈਸਰ ਜਾਂ ਅਕਾਡਮਿਕ ਲੋਕ ਹੈ ਉਹ ਸਾਰੇ ਬੁਲਾਏ ਗਏ ਸਨ, ਤੁਸੀਂ ਕੀ ਸਮਝਦੇ ਹੋ ਕਿ ਉਹ ਕਿਹੜਾ ਯੋਗਦਾਨ ਪਾ ਸਕਦੇ ਆ ਚਿੱਟੇ ਨੂੰ ਰੋਕਣ ਵਾਸਤੇ? ਜਦਕਿ ਮੈਨੂੰ ਲੱਗਦਾ ਕਿ ਚਿੱਟੇ ਦਾ ਇਸ਼ੂ ਜਿਹੜਾ ਹੈ ਉਹ ਪੋਲੀਟੀਕਲ ਲੋਕਾਂ ਨੇ ਸ਼ੁਰੂ ਕੀਤਾ, ਪੋਲੀਟੀਕਲ ਲੋਕਾਂ ਦੀ ਸਰਪ੍ਰਸਤੀ ਇਹ ਚੱਲਿਆ, ਪੋਲੀਟੀਕਲ ਲੋਕ ਜਿਹੜੇ ਨੇ ਉਹਨਾਂ ਦੀ ਸਰਪ੍ਰਸਤੀ ਇਹ ਪੋਲੀਟੀਕਲ ਲੋਕਾਂ ਦੀ ਚੱਲ ਰਿਹਾ, ਔਰ ਉਹਨੂੰ ਪੁਲਿਸ ਅਤੇ ਪੋਲੀਟੀਕਲ ਲੋਕ ਜਿਹੜੇ ਉਹ ਕੰਟਰੋਲ ਕਰ ਸਕਦੇ ਨੇ ਜੇਕਰ ਚਾਹੁਣ। ਅਤੇ ਮੈਂ ਸਮਝਾਂਗਾ ਕਿ ਪ੍ਰਵਾਸੀ ਮਿਲ ਕੇ ਇੱਕ ਪੋਲੀਟੀਕਲ ਕਾਨਫਰੰਸ, ਸਰਵ ਪਾਰਟੀ ਪੋਲੀਟੀਕਲ ਕਾਨਫਰੰਸ ਕਿਉਂ ਨਹੀਂ ਕਰਵਾਉਂਦੇ, ਜਦਕਿ ਇਹਨੂੰ ਵਿਸ਼ਵ ਪੰਜਾਬੀ ਨੂੰ ਪੰਜਾਬੀ ਜ਼ਬਾਨ ਨੂੰ ਪ੍ਰਫੁੱਲਿਤ ਕਰਨ ਲਈ ਰਹਿਣ ਦੇਣਾ ਚਾਹੀਦਾ। ਕੀ ਵਿਚਾਰ ਨੇ ਤੁਹਾਡੇ ਉੱਤੇ? ਬਿਲਕੁਲ ਤੁਸੀਂ ਠੀਕ ਕਿਹਾ, ਜੇ ਕਿਸੇ ਨੂੰ ਵੀ ਵਰਡ ਪੰਜਾਬੀ ਕਾਨਫਰੰਸ ਸ਼ਬਦ ਨਾਲ ਨਵਾਜ਼ਿਆ ਜਾਏ ਤਾਂ ਉੱਥੇ ਪੰਜਾਬੀ ਲਿਟਰੇਚਰ ਦੀ ਗੱਲ ਹੋਣੀ ਤਾਂ ਸਭ ਤੋਂ ਪਹਿਲਾਂ ਜ਼ਰੂਰੀ ਹੈ। ਦੂਸਰੇ ਉਹਦੇ ਵਿੱਚ ਉਹਦੀ ਕੰਟਰੀਬਿਊਸ਼ਨ ਬੜੀ ਜ਼ਰੂਰੀ ਹੈ ਵੀ ਇਹਦੇ 'ਚ ਅਸੀਂ ਕਰਨ ਕੀ ਜਾ ਰਹੇ ਹਾਂ, ਉਹ ਬਹੁਤ ਜ਼ਿਆਦਾ ਜ਼ਰੂਰੀ ਹੈ। ਲੇਕਿਨ ਜੇ ਤੁਸੀਂ ਉਹਦੇ 'ਚ ਹਰ ਇੱਕ ਸੈਸ਼ਨ ਦਾ ਸਮੇਂ ਰੱਖੋ 30 ਮਿੰਟ, ਸਪੀਕਰ ਰੱਖੋ 14, ਅਤੇ ਇੱਕ ਇੱਕ ਸਪੀਕਰ ਨੂੰ 2 ਮਿੰਟ ਦਿਓ, ਦੁਨੀਆ ਦਾ ਕੋਈ ਵੀ ਸਪੀਕਰ 2 ਮਿੰਟ 'ਚ ਕਿਸੇ ਸਮੱਸਿਆ ਨੂੰ ਐਕਸਪਲੇਨ ਨਹੀਂ ਕਰ ਸਕਦਾ ਤੋਂ ਇਲਾਵਾ ਹੋਰ ਕੋਈ ਸਮਾਧਾਨ ਨਹੀਂ ਕਰ ਸਕਦਾ। ਜੋ ਮੈਂ ਵੀ ਉਹਨਾਂ ਨੂੰ ਆਪਣੀ ਦੱਸੀ ਸੀ ਖੁਆਇਸ਼ ਵੀ ਅਗਰ ਤੁਹਾਡੀ ਇੱਛਾ ਹੋਵੇ ਤੁਸੀਂ ਜਿੰਨਾ ਸਮੇਂ ਘੱਟ ਕਰਨਾ ਚਾਹੁੰਦੇ ਹੋ ਤਾਂ ਮੈਂ ਤਾਂ 15 ਸਕਿੰਟ ਦੇ ਅੰਦਰ ਵੀ ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਫਤਿਹ ਕਹਿ ਕੇ ਚਲੇ ਜਾਣਾ, ਨਹੀਂ 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 ਤੁਸੀਂ 3-4 ਮਿੰਟ ਬੋਲੋ। ਉੱਥੇ ਜੋ ਸੈਂਕੜੋ ਪ੍ਰੋਫੈਸਰ ਆਏ ਹੋਏ ਸਨ ਔਰ ਜਿਨ੍ਹਾਂ ਨੇ ਆਪਣੀ ਗੱਲ ਰੱਖਣ ਦਾ ਆਪਣੇ ਤਰੀਕੇ ਨਾਲ, ਵਿਦਵਾਨ ਦੇ ਤਰੀਕੇ ਨਾਲ ਪ੍ਰਯਾਸ ਕੀਤਾ, ਉਹਨਾਂ ਦੇ ਉੱਥੇ ਇੱਕ ਆਏ ਹੋਏ ਸਨ ਡਾਕਟਰ SS ਗਿੱਲ, ਔਰਥੋ ਸਰਜਨ ਨੇ, PGI 'ਚ ਉਹਨਾਂ ਨੇ ਕੰਮ ਕੀਤਾ ਹੋਇਆ ਹੈ, ਔਰ ਬਹੁਤ ਭਲੇ ਮਾਣਸ ਲੱਗ ਰਹੇ ਸਨ, ਔਰ ਉਹਨਾਂ ਦੀ ਨੌਲੇਜ ਔਰ ਡਾਟਾਜ਼ ਵੀ ਉਹਨਾਂ ਕੋਲ ਪੂਰੇ ਦੁਨੀਆ ਦੇ ਸਨ।
ਉਹਨਾਂ ਨੇ ਜਿੰਨੇ ਪਿਆਰ ਨਾਲ ਇਹਨਾਂ ਨੂੰ ਦੱਸਿਆ ਔਰ ਸਮਝਾਇਆ ਕਿ ਜਿਹੜੇ ਤੁਸੀਂ ਇੱਥੇ ਚਿੱਟੇ ਦੀ ਗੱਲ ਕਰ ਰਹੇ ਹੋ, ਪਹਿਲੀ ਗੱਲ ਤਾਂ ਤੁਹਾਨੂੰ ਚਿੱਟੇ ਦੀ ਸਮਝ ਹੀ ਨਹੀਂ ਵੀ ਚਿੱਟਾ ਕੀ ਹੁੰਦਾ। ਉਹਨਾਂ ਨੇ ਫਿਰ ਸਮਝਾਇਆ ਸੌਫਟ ਨਸ਼ਾ, ਹਾਰਡ ਨਸ਼ਾ, ਇੱਕ ਤਾਂ ਉਹਨਾਂ ਨੇ ਐਕਸਪਲੇਨ ਕੀਤਾ ਚਿੱਟਾ ਹੁੰਦਾ ਕੀ ਹੈ। ਫਿਰ ਉਹਨਾਂ ਨੇ ਇਹ ਦੱਸਿਆ ਕਿੰਨੇ ਪਰਸੈਂਟ ਦੁਨੀਆ ਸ਼ਰਾਬ ਪੀਂਦੀ ਹੈ ਸੌਫਟ ਨਸ਼ੇ, ਜਿਹੜੇ ਕਿ ਤੁਸੀਂ ਵੀ ਸਾਰੇ ਪੀਂਦੇ ਹੋ। ਔਰ ਕੈਨੇਡਾ ਵਿੱਚ ਤਾਂ ਉਹਨਾਂ ਨੇ ਇਹ ਵੀ ਹਾਸਾ ਕੀਤਾ ਕਿ ਇੱਥੇ ਤਾਂ ਲੋਕ ਕਾਨਫਰੰਸ ਤੋਂ ਬਾਅਦ ਵੀ ਪੀਣੀ ਸੀ, ਜਨਾਨੀ ਨੂੰ ਵੀ ਤੁਸੀਂ ਲੈ ਕੇ ਕਿਸੇ ਦੇ ਘਰ ਤਾਂ ਹੀ ਜਾਂਦੇ ਹੋ ਤਾਂ ਕਿ ਵਾਪਸੀ ਉਹ ਗੱਡੀ 'ਚ ਤੁਹਾਨੂੰ ਬਿਠਾ ਕੇ ਲਿਆ ਸਕੇ। ਇਹ ਵੀ ਹਾਸੇ ਉੱਥੇ ਕਈ ਸਪੀਕਰਾਂ ਨੇ ਕੀਤੇ। ਉਹਨਾਂ ਨੇ ਕਿਹਾ ਵੀ ਇਹ ਜਦੋਂ ਜਿਹੜਾ ਚਿੱਟੇ ਵਾਲੀ ਪ੍ਰੋਬਲਮ ਹੈ, ਪ੍ਰੋਫੈਸਰਾਂ ਦੀ ਪ੍ਰੋਬਲਮ ਨਹੀਂ, ਇਹਦੇ ਚਿੱਟਾ ਜਿਹੜਾ ਹੈ ਉਹ ਪੈਦਾ ਕਰਨ ਵਾਲਾ ਤੋਂ ਕੀ ਮਿਲਦਾ, ਜਿਵੇਂ ਤੰਬਾਕੂ ਵਾਲੇ ਨੂੰ 500 ਰੁਪਏ ਮਿਲਦੇ ਨੇ ਗੱਡੇ ਦੇ, ਲੇਕਿਨ ਸਿਗਰਟ ਦੀ ਡੱਬੀ ਵਿਕਦੀ 500 ਦੀ। ਉਸ ਤਰ੍ਹਾਂ ਹੀ ਉਹਨੇ ਸਮਝਾਇਆ ਵੀ ਚਿੱਟੇ ਵਾਲਾ ਜਿਹੜਾ ਕਿ ਲੋਅਰ ਬੰਦਾ ਪੈਦਾ ਕਰਨ ਵਾਲਾ ਹੈ ਜਾਂ ਕੰਜ਼ੂਮ ਕਰਨ ਵਾਲਾ ਹੈ, ਉਹ ਇਹਦੇ 'ਚ ਕੋਈ ਯੋਗਦਾਨ ਨਹੀਂ ਦੇ ਸਕਦਾ। ਔਰ ਇਹ ਪ੍ਰੋਫੈਸਰਾਂ ਪੜ੍ਹੂਆਂ ਦਾ ਤਾਂ ਇਹ ਖੇਡ ਹੀ ਨਹੀਂ, ਇਹ ਕੰਮ ਹੈ ਪੁਲਿਸ ਦਾ, ਔਰ ਇਹ ਕੰਮ ਹੈ ਬਿਊਰੋਕਰੇਸੀ ਦਾ, ਇਹ ਕੰਮ ਹੈ ਸਰਕਾਰ ਦਾ, ਪੋਲੀਟੀਕਲ ਵਿਲ ਤੋਂ ਬਗੈਰ ਇਹ ਕੰਮ ਨਹੀਂ ਹੋਇਆ ਕਰਦੇ। ਔਰ ਉਹਨਾਂ ਨੇ ਦੁਨੀਆ ਦੇ ਇੱਕ ਸਾਡੇ ਗੁਆਂਢੀ ਦੇਸ਼ ਦਾ ਇੱਥੇ ਅਮੈਰੀਕਾ ਦੇ ਨਾਲ ਉਸ ਦੇਸ਼ ਦਾ ਉਦਾਹਰਣ ਦੇ ਕੇ ਸਮਝਾਇਆ ਵੀ ਕਿਸ ਤਰ੍ਹਾਂ ਉਸ ਦੇਸ਼ ਤੋਂ ਚਿੱਟੇ ਨੂੰ ਏਡਜ਼ ਨੂੰ ਉਹਨਾਂ ਨੇ ਕਿਸ ਤਰ੍ਹਾਂ ਕੰਟਰੋਲ ਕੀਤਾ। ਅਤੇ ਵਾਕਈ ਮੈਂ ਸਮਝਣਾ ਵਰਲਡ ਪੰਜਾਬੀ ਕਾਨਫਰੰਸ ਜ਼ਿਆਦਾ ਬੈਟਰ ਹੁੰਦੀ ਅਗਰ ਪੰਜਾਬੀ ਲਿਟਰੇਚਰ ਔਰ ਜਿਹੜੇ ਪੰਜਾਬੀ ਸਾਡੇ ਅੱਛੇ ਸਾਡੇ ਰਾਈਟਰਸ ਜਾਂ ਕਵੀ ਜਾਂ ਹਿਸਟੋਰੀਅਨ ਹੋਏ ਨੇ, ਜਾਂ ਪੰਜਾਬੀਆਂ ਨੇ ਜੋ ਉਪਲਬਧੀਆਂ ਹਾਸਲ ਕੀਤੀਆਂ ਨੇ, ਜਾਂ ਜੋ ਪੰਜਾਬੀ ਆਪਣੇ ਵੀਕਰ ਸੈਕਸ਼ਨ ਆਪਣੇ ਗਰੀਬ ਭਰਾਵਾਂ ਨੂੰ ਇੱਥੇ ਜੇ ਤੁਸੀਂ ਹਜ਼ਾਰਾਂ ਲੱਖਾਂ 'ਚ ਬੈਠੇ ਹੋ ਔਰ ਤੁਸੀਂ ਜੇ 1700 ਬੰਦਿਆਂ ਦੀ ਚਿੰਤਾ ਤੁਸੀਂ ਲੱਖ ਬੰਦੇ ਕਰ ਰਹੇ ਹੋ, ਇਹਦੇ ਨਾਲ ਉਹਦੇ ਇੱਕ ਇੱਕ ਬੰਦੇ ਨੂੰ ਚੁੱਕ ਕੇ ਇੱਥੇ ਲਿਆਓ ਤਾਂ ਉਹਦਾ ਮਸਲਾ ਹੀ ਖਤਮ ਹੋ ਜਾਏਗਾ। ਅੱਧਿਆਂ ਲੋਕਾਂ ਦੀ ਉੱਥੇ ਤਾਂ ਪੰਜਾਬ 'ਚ ਦਿੱਕਤ ਹੀ ਇਹੀ ਹੈ ਕਿ ਮੁਹੱਲੇ ਪਿੰਡ 'ਚ 2 ਮੁੰਡੇ ਕੈਨੇਡਾ ਚਲੇ ਗਏ ਨੇ ਅਤੇ 28 ਮੁੰਡਿਆਂ ਨੂੰ ਨੀਂਦਰ ਨਹੀਂ ਆ ਰਹੀ। ਉਹਨਾਂ ਦਾ ਨਸ਼ਾ, ਉਹਨਾਂ ਦਾ ਪਰੇਸ਼ਾਨੀ, ਅਸਲ ਉਹ ਨਸ਼ਾ ਸ਼ਰਾਬ ਇਸ ਕਰਕੇ ਨਹੀਂ ਪੀ ਰਹੇ ਕਿ ਉਹ ਐਡਿਕਟ ਨੇ, ਉਹ ਇਸ ਕਰਕੇ ਪੀ ਰਹੇ ਨੇ ਕਿ 4 ਕੈਨੇਡਾ ਚਲੇ ਗਏ ਤਾਂ 4 ਰਹਿ ਗਏ। ਸਮਝ ਦਿਓ ਕਿ ਵਿਸ਼ੇ ਜਿਹੜੇ ਸਬਜੈਕਟ ਹੈ ਉਹ ਵਿਸ਼ਵ ਪੰਜਾਬੀ ਕਾਨਫਰੰਸ ਦੇ ਵਿਸ਼ੇ ਨਹੀਂ। ਜੇਕਰ ਚਿੱਟੇ ਦਾ ਵਿਸ਼ਾ ਕਰਨਾ ਤਾਂ ਮੇਰਾ ਖਿਆਲ ਹੈ ਕਿ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਕਾਨਫਰੰਸ ਕਰਨੀ ਚਾਹੀਦੀ ਹੈ। ਜਿਵੇਂ ਸਾਡੇ ਮਾਨਣੀ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਜੀ ਨੇ ਹੁਣ ਤੱਕ ਇਹ 2 ਮੀਟਿੰਗਾਂ 5 ਸਾਡੇ ਸਟੇਟਸ ਹੈਗੇ ਜਿਹੜੇ ਐਡਜੋਇਨਿੰਗ ਰਾਜਸਥਾਨ, ਹਿਮਾਚਲ ਔਰ ਉੱਪਰ ਪੰਜਾਬ ਔਰ J&K, ਇਹਨਾਂ ਦੇ DGPs ਦੀ ਹੁਣੇ ਪਿਛਲੇ ਹਫ਼ਤੇ ਹੀ ਮੀਟਿੰਗ ਲਈ ਹੈ ਔਰ ਕੰਟਰੋਲ ਕਰਨ ਵਾਸਤੇ ਪੋਲੀਟੀਕਲ ਪ੍ਰੈਸ ਕਰ ਰਹੇ ਨੇ। ਤੁਸੀਂ ਉੱਥੇ ਗਏ ਹੋ ਗੁਰਵਿੰਦਰ ਸਿੰਘ ਜੀ, ਬਕਾਇਦਾ ਤੌਰ 'ਤੇ ਤੁਸੀਂ ਇੱਕ ਰਿਸਪੋਂਸੀਬਲ ਹੋ, ਪੰਜਾਬੀ ਸਾਹਿਤ ਅਕਾਦਮੀ ਹਰਿਆਣਾ ਦੇ ਡਾਇਰੈਕਟਰ ਦੇ ਅਹੁਦੇ ਦੇ ਉੱਤੇ ਤਾਇਨਾਤ ਹੋ, ਔਰ ਮੈਂ ਇਹ ਸਮਝਾਂਗਾ ਕਿ ਵਿਸ਼ਵ ਪੰਜਾਬੀ ਕਾਨਫਰੰਸ ਕਰਾਉਣ ਦੇ ਵਿੱਚ ਬੈਰਿਸਟਰ ਸਾਡੇ ਬੜੇ ਸਤਿਕਾਰਯੋਗ ਮਿਸਤਾਰ ਅਜੈਬ ਸਿੰਘ ਚੱਠਾ, ਜਿਨ੍ਹਾਂ ਦੀ ਭਾਵਨਾ ਕਦੇ ਵੀ ਗਲਤ ਨਹੀਂ ਹੋਈ, ਬਹੁਤ ਅੱਛਾ। ਔਰ ਉਹਨਾਂ ਦੇ ਇਮੋਸ਼ਨਸ, ਹੋ ਸਕਦਾ ਉਹਨਾਂ ਦੇ ਇਮੋਸ਼ਨਸ ਇਹਨਾਂ ਕਾਨਫਰੰਸਾਂ ਨੂੰ ਲੈ ਕੇ ਪ੍ਰਮੋਟ ਕਰਨ ਵਾਸਤੇ ਆਪਣੀ ਜੇਬ ਦੇ ਵਿੱਚੋਂ ਪੈਸੇ ਖਰਚ ਕਰਨ ਵਾਸਤੇ ਬੜੇ ਵਧੀਆ ਹੁੰਦੇ ਨੇ, ਕਿਉਂ ਨਹੀਂ ਉਹਨਾਂ ਨੂੰ ਇਹੋ ਜਿਹੇ ਸੁਝਾਅ ਦਿੱਤੇ ਕਿ ਇਹਨਾਂ ਦਾ ਰੂਪਰੇਖਾ ਜਿਹੜੀ ਹੈ ਉਹ ਬਦਲੀ ਜਾਵੇ? ਉਹ ਮੈਂ ਵੀ ਤੁਹਾਡੇ ਨਾਲ ਸਹਿਮਤ ਹਾਂ ਕਿ ਮੈਂ ਵੀ ਦੇਖਿਆ ਕਿ ਅਜੈਬ ਸਿੰਘ ਚੱਠਾ ਜੀ ਇੱਕ ਅੱਛਾ ਪ੍ਰਯਾਸ ਕਰ ਰਹੇ ਨੇ। ਉਹ ਵੱਖਰੀ ਗੱਲ ਹੈ ਵੀ ਉਹਨਾਂ ਨੂੰ ਕਿੰਨਾ ਕੁ ਐਕਸਪੀਰੀਅੰਸ ਹੈ ਜਾਂ ਉਹਨਾਂ ਨੂੰ ਹੋਰ ਸਲਾਹ ਦੀ ਲੋੜ ਹੈ ਜਾਂ ਉਹਨਾਂ ਦੇ ਸਲਾਹਕਾਰ ਕੌਣ ਨੇ ਜਾਂ ਉਹਨਾਂ ਦੀ ਇਸ ਕਾਨਫਰੰਸ ਦੇ ਪਿੱਛੇ ਕੋਈ ਉਹਨਾਂ ਨੂੰ ਰੋਕਣ ਵਾਲਾ ਜਾਂ ਚਲਾਉਣ ਵਾਲਾ ਵੀ ਹੈ, ਇਹ ਮੈਨੂੰ ਕੁਝ ਚੀਜ਼ਾਂ ਮੇਰੇ ਜਿਹੜੇ ਹੈਗੇ ਨੇ ਜ਼ਹਿਨ 'ਤੇ ਕਲੀਅਰ ਨਹੀਂ ਹੈਗੀਆਂ, ਪਰ ਮੈਨੂੰ ਅਜੈਬ ਸਿੰਘ ਚੱਠਾ ਦੀ ਜਾਂ ਜੋ ਪ੍ਰਯਾਸ ਹੈ ਉਹ ਬਹੁਤ ਅੱਛਾ ਲੱਗਾ। ਭਲੇ ਆਦਮੀ ਨੇ, ਉਹਨਾਂ ਨੇ ਸਗੋਂ ਮੈਨੂੰ ਉੱਥੇ ਬੋਲਣ ਦਾ ਸਮਾਂ ਜਿਹੜਾ ਨਹੀਂ ਸੀ ਮਿਲ ਰਿਹਾ, ਉਹਨਾਂ ਨੇ ਸਪੈਸ਼ਲ ਮੇਰੇ ਵਾਸਤੇ ਸਮਾਂ ਵੀ ਰਖਵਾਇਆ। ਬੇਸ਼ੱਕ ਉਹ ਜ਼ਿਆਦਾ ਨਹੀਂ ਰਖਵਾ ਸਕੇ, 5 ਮਿੰਟ 'ਚ ਰਖਵਾਇਆ, ਜਦਕਿ ਮੇਰੀ ਆਦਤ ਹੈ ਕੋਈ ਵੀ ਇੱਕ ਚੈਪਟਰ ਨੂੰ ਅਗਰ ਅਸੀਂ ਡੀਪਲੀ ਐਕਸਪਲੇਨ ਕਰਨੇ ਆ
ਜੇ ਤੁਹਾਡੇ ਮਾਧਿਅਮ ਤੋਂ ਵੀ ਕਰਨੇ ਆ ਤਾਂ ਘੰਟਾ ਲੱਗ ਜਾਂਦਾ ਹੈ, ਤੇ ਜੇ ਲੈਕਚਰ ਦੇਈਏ 20-22 ਮਿੰਟ ਮਿਨੀਮਮ ਇੱਕ। ਹਾਂ ਬੇ ਕੋਸ਼ਿਸ਼ ਕਰਾਂਗਾ, ਮੈਂ ਕੋਸ਼ਿਸ਼ ਕਰਾਂਗਾ ਕੱਲ ਦੇ ਪ੍ਰੋਗਰਾਮ ਦੇ ਵਿੱਚ ਸਰਦਾਰ ਜੈਬ ਸਿੰਘ ਚੱਠਾ ਹੋਰਾਂ ਨੂੰ ਉੱਥੇ ਦੀਆਂ ਇਹ ਕੋਤਾਹੀਆਂ ਜਾਂ ਕੁਛ ਜਿਹੜਾ ਕੁਛ ਤੁਸੀਂ ਮਹਿਸੂਸ ਕੀਤਾ ਜਾਂ ਜਿਹੜੇ ਵਿਸ਼ਵ ਪੰਜਾਬੀ ਕਾਨਫਰੰਸ ਤੋਂ ਹਟਵੇਂ ਸਬਜੈਕਟ ਜਿਹੜੇ ਸੀ ਉਹ ਵੀ ਰਲਗੜ ਜੇ ਕਰ ਦਿੱਤੇ ਗਏ। ਢੋਲ ਭੰਗੜਾ ਜਿਹੜਾ ਕਿ ਮੈਂ ਸਮਝਾਂਗਾ ਕਿ ਵਿਸ਼ਵ ਪੰਜਾਬੀ ਕਾਨਫਰੰਸ ਦਾ ਹਿੱਸਾ ਨਹੀਂ, ਕਿਉਂਕਿ ਮੈਂ ਸਮਝਦਾ ਅੱਜ ਪੰਜਾਬੀ ਜ਼ਬਾਨ ਦਾ ਜਿਹੜਾ ਵਿਸ਼ਾ ਉਹ ਇੱਕ ਚਿੰਤਾਜਨਕ ਮੋੜ ਦੇ ਉੱਤੇ ਖਲੋਤਾ, ਅਤੇ ਜਦੋਂ ਅਸੀਂ ਫਿਕਰਮੰਦੀ ਦੇ ਨਾਲ ਜਦੋਂ ਅਸੀਂ ਅਫਸੋਸਜਨਕ ਚਿੰਤਾ ਦੇ ਉੱਤੇ ਚਿੰਤਨ ਕਰਦੇ ਹਾਂ ਤਾਂ ਮੇਰੇ ਖਿਆਲ ਉਸ ਵੇਲੇ ਭੰਗੜਾ ਨਹੀਂ ਸੁੱਝਦਾ, ਉਸ ਵੇਲੇ ਢੋਲ ਨਹੀਂ ਸੁੱਝਦਾ, ਅਤੇ ਇਹ ਗੱਲ ਹੋ ਜਾਂਦੀ ਹੈ ਕਿ ਮਰਗ ਦੇ ਉੱਤੇ ਨੱਚਣ ਵਾਲੀ ਗੱਲ ਜਿਹੜੀ ਹੈ। ਔਰ ਅੱਜ ਪੰਜਾਬੀ ਜ਼ਬਾਨ ਦੇ ਉੱਤੇ ਫਿਕਰਮੰਦੀ ਦਾ ਇਜ਼ਹਾਰ ਕਰਨ ਵਾਲੀ ਜਿਹੜੀ ਹੈ ਉਹ ਬਹੁਤ ਵੱਡੀ ਗੱਲ। ਪਰ ਮੈਂ ਇੱਕ ਸਵਾਲ ਜ਼ਰੂਰ ਪੁੱਛਣਾ ਚਾਹਾਂਗਾ ਤੁਹਾਡੇ ਕੋਲੋਂ, ਤੁਸੀਂ ਹਰਿਆਣੇ ਦੇ ਵਿੱਚ ਇੱਕ ਜ਼ਿੰਮੇਵਾਰ ਅਹੁਦੇ ਦੇ ਉੱਤੇ ਹੋ, ਪਰ ਜਦੋਂ ਤੁਸੀਂ ਬੰਬੇ ਵੀ ਜਾਂਦੇ ਹੋ ਪੰਜਾਬੀ ਦੀ ਗੱਲ ਲੈ ਕੇ, ਜਾਂ ਤੁਸੀਂ ਕੈਨੇਡਾ ਵੀ ਆਉਂਦੇ ਹੋ, ਜਾਂ ਤੁਸੀਂ ਹੋਰ ਵੀ ਥਾਂ ਦੇ ਉੱਤੇ ਜਾਂਦੇ ਹਰਿਆਣੇ ਤੋਂ ਬਾਹਰ ਜਦੋਂ ਤੁਸੀਂ ਹਰਿਆਣੇ ਤੋਂ ਬਾਹਰ ਨਿਕਲਦੇ ਹੋ ਤਾਂ ਜਿਹੜੀਆਂ ਦੋ ਸਿਰਮੌਰ ਸੰਸਥਾਵਾਂ ਨੇ ਸਿੱਖਾਂ ਦੀਆਂ, ਸੁਣਨ ਦੇਖਣ ਵਾਲੇ ਨੂੰ ਲੱਗਦਾ ਵੀ ਤੁਸੀਂ ਸ਼ਾਇਦ ਉਹਨਾਂ ਦੇ ਬੰਦੇ ਹੋ, ਪਰ ਉਹ ਤੁਹਾਡੇ ਅੱਗੇ ਖੜ ਜਾਂਦੀਆਂ ਨੇ, ਚਾਹੇ ਉਹ ਅੰਮ੍ਰਿਤਸਰ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਾਂ ਦਿੱਲੀ ਵਾਲੇ ਨੇ, ਤੇ ਜਾਂ ਉਹਨਾਂ ਦੇ ਸਰਮੌਰ ਪੈਰੋਕਾਰ ਜਿਹਨਾਂ ਕੋਲ ਉਹਨਾਂ ਦਾ ਰਿਮੋਟ ਹੈ, ਇੱਕ ਹੀ ਕਾਰਨ ਹੈ ਤੁਹਾਡੇ ਨਾਲ ਕੀ ਅੱਡ ਹੈ, ਚਾਹੇ ਲੋਹਗੜ੍ਹ ਦੀ ਗੱਲ ਕਰਦੇ ਹੋ ਉਹ ਤੇ ਚਾਹੇ ਹਰਿਆਣੇ 'ਚ ਰਹਿ ਕੇ ਪੰਜਾਬੀ ਦੀ ਗੱਲ ਹੈ, ਇਹ ਅੰਕੜਾ ਜਿਹੜਾ ਤੁਹਾਡਾ 36 ਦਾ ਕਿਉਂ ਬਣਿਆ ਹੋਇਆ? ਮੈਂ ਤੁਹਾਨੂੰ ਇਸ ਗੱਲ ਨੂੰ ਪਹਿਲਾਂ ਤਾਂ ਅੰਡੋਰਸ ਕਰਾਂ ਤਾਂ ਕਿ ਨਾ ਕਈ ਲੋਕ ਵਿਵਰਸ ਕਹਿਣਗੇ ਵੀ ਇਹ ਖਾਲੀ ਗੱਲ ਕਰ ਰਹੇ ਨੇ। ਮੈਨੂੰ ਇੱਕ ਪੰਜਾਬ ਦੇ ਕਾਲਜ ਨੇ ਅਪਰੋਚ ਕੀਤਾ ਵੀ ਸਾਡੇ ਤੁਸੀਂ ਪੰਜਾਬੀ ਸੈਮੀਨਾਰ ਕਰ ਸਕਦੇ ਹੋ। ਜਦੋਂ ਮੈਂ ਆਪਣੀ ਅਕੈਡਮੀ ਦੇ ਰੂਲਸ ਜਾਂ ਰੈਗੂਲੇਸ਼ਨ ਦੇਖੇ ਤਾਂ ਸਾਡੀ ਅਕੈਡਮੀ ਕਹਿੰਦੀ ਦੁਨੀਆ 'ਚ ਕਿਧਰੇ ਵੀ ਸੈਮੀਨਾਰ ਕਰੋ, ਅਤੇ ਪੰਜਾਬ ਇਸ ਦੁਨੀਆਂ 'ਚ ਹੀ ਆਉਂਦਾ। ਅਤੇ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਜੀ ਬਿਲਕੁਲ ਤੁਹਾਡੇ ਸੈਮੀਨਾਰ ਕਰ ਸਕਦੇ ਹਾਂ, ਤਾਂ ਕਹਿੰਦੇ ਜੀ ਸਪੋਂਸਰਸ਼ਿਪ ਵੀ ਤੁਸੀਂ ਦਿਓਗੇ? ਮੈਂ ਕਿਹਾ ਜੀ ਬਿਲਕੁਲ ਸਪੋਂਸਰਸ਼ਿਪ ਵੀ ਦਿਆਂਗੇ। ਪਰ ਮੈਂ ਇੱਕ ਸਵਾਲ ਪੁੱਛ ਲਿਆ ਵੀ ਤੁਹਾਡਾ ਕਾਲਜ ਰਨ ਕੌਣ ਕਰਦਾ? ਉਹਨਾਂ ਦੱਸਿਆ ਜੀ ਜਿਹੜੀ ਹਿੰਦੁਸਤਾਨ ਦੀ ਸਭ ਤੋਂ ਵੱਡੀ ਸਿੱਖਾਂ ਦੀ ਸਿਰਮੌਰ ਸੰਸਥਾ ਹੈ ਉਹਦਾ ਕਾਲਜ ਹੈ। ਅਤੇ ਮੈਂ ਕਿਹਾ ਜੀ ਉਹਦਾ ਕਾਲਜ ਹੈ, ਫਿਰ ਤੁਹਾਨੂੰ ਬਜਟ ਵਾਸਤੇ ਮੇਰੀ ਕਿਉਂ ਲੋੜ ਪਈ? ਵੈਸੇ ਤੁਸੀਂ ਰਾਣਾ ਅਕੈਡਮੀ ਨਾਲ ਅਗਰ ਇੱਕ ਸੈਮੀਨਾਰ ਕਰਦੇ ਹੋ ਤਾਂ ਮੇਰੇ ਵਾਸਤੇ ਬੜੀ ਖੁਸ਼ੀ ਦੀ ਗੱਲ ਸੀ, ਪਰ ਤੁਸੀਂ ਮੈਨੂੰ ਬਜਟ ਦੀ ਗੱਲ ਕਹੀ। ਮੈਂ ਮਾਤਾ ਸਾਹਿਬ ਕੌਰ ਕਾਲਜ ਪਟਿਆਲਾ ਦੀ ਗੱਲ ਕਰ ਰਿਹਾ। ਵਾਹ! ਜਦੋਂ ਮੈਂ ਉੱਥੇ ਪਹੁੰਚਿਆ ਉੱਥੇ ਇੱਕ ਉਹਨਾਂ ਦੇ ਸਾਬਕਾ ਮੰਤਰੀ ਵੀ ਆਏ ਹੋਏ ਸਨ ਸਿਰਮੌਰ ਸੰਸਥਾ ਨਾਲ ਜੁੜੇ ਹੋਏ। ਜਦੋਂ ਉਹਨਾਂ ਨੇ ਇਹ ਕਿਹਾ ਮੈਨੂੰ ਵੀ ਇਹ ਸਾਡੇ ਸਾਬਕਾ ਮੰਤਰੀ ਫਲਾਣੇ ਹੈਗੇ ਨੇ, ਮੈਂ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਔਰ ਫਤਿਹ ਲੰਡ ਵਾਜਿਆ। ਅਤੇ ਜਦੋਂ ਉਸ ਪ੍ਰਿੰਸੀਪਲ ਨੇ ਉਸ ਸਾਬਕਾ ਮੰਤਰੀ ਨੂੰ ਕਿਹਾ ਵੀ ਇਹ ਗੁਰਿੰਦਰ ਸਿੰਘ ਜੀ ਨੇ, ਅਤੇ ਉਸ ਬੰਦੇ ਨੇ ਕਿਹਾ ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਜਾਣਨਾ, ਜਦਕਿ ਮੈਂ ਜ਼ਿੰਦਗੀ 'ਚ ਉਸ ਨੂੰ ਪਹਿਲੀ ਵਾਰੀ ਮਿਲਿਆ ਸੀ। ਮੈਨੂੰ ਉਸ ਵੇਲੇ ਮੱਥਾ ਠਣਕ ਗਿਆ ਵੀ ਇਹ ਸਿਰਮੌਰ ਸੰਸਥਾ ਸਾਰੀ ਮੈਨੂੰ ਜਾਣਦੀ ਹੈ। ਔਰ ਕਿਉਂ ਜਾਣਦੀ ਹੈ? ਕਿ ਵਾਹਿਗੁਰੂ ਨੇ ਸਾਨੂੰ ਜਿਹੜਾ ਲੋਹਗੜ੍ਹ ਦਾ ਕਿਲ੍ਹਾ ਨਵਾਜ਼ਿਆ ਹੈ, ਇਹ ਸਾਡੀ ਜੋ ਰਹਿਮਤ ਔਰ ਸਾਡੀ ਖੁਸ਼ਕਿਸਮਤੀ ਦੇ ਦਰਵਾਜ਼ੇ ਖੋਲ੍ਹੇ ਨੇ ਵਾਹਿਗੁਰੂ ਨੇ। ਅਸੀਂ ਵਾਹਿਗੁਰੂ ਦੇ ਸ਼ੁਕਰਗੁਜ਼ਾਰ ਹਾਂ, ਆਪਣੇ ਮੁੱਖ ਮੰਤਰੀ ਦੇ ਸ਼ੁਕਰਗੁਜ਼ਾਰ ਹਾਂ। ਤੁਹਾਡੇ ਹਰ ਕੰਸੈਪਟ ਦੇ ਅੱਗੇ ਜਿਹੜਾ ਤੁਸੀਂ ਕੰਸੈਪਟ ਕਰਦੇ ਹੋ ਉਸੇ ਤਰ੍ਹਾਂ ਹੀ ਇਹ ਸੰਸਥਾਵਾਂ ਆ ਜਾਂਦੀਆਂ ਨੇ। ਜਿਵੇਂ ਬਕਾਇਦਾ ਤੌਰ ਦੇ ਉੱਤੇ ਕਰਤਾਰਪੁਰ ਕੋਰੀਡੋਰ ਦੇ ਮੌਕੇ ਦੇ ਉੱਤੇ ਕੁਛ ਆਪਣੇ ਕੋਲੋਂ ਨਹੀਂ ਹੋਇਆ, ਜੇਕਰ ਦੂਜੇ ਨੇ ਕਰ ਦਿੱਤਾ ਤਾਂ ਉੱਥੇ ਰੋਣ ਪਿੱਟਣ ਵਾਲਿਆ। ਇਹ ਸਥਿਤੀ ਹਰ ਥਾਂ ਦੇ ਉੱਤੇ ਆ, ਜ਼ਿਕਰ ਕਰਾਂਗੇ, ਚਰਚਾ ਕਰਾਂਗੇ ਦੋਸਤੋ, ਕਾਲ ਕਰ ਸਕਦੇ ਹੋ, ਤੁਹਾਡੇ ਵਿਚਾਰ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੇ ਕਿ ਹਕੀਕਤਾਂ ਵਿਸ਼ਵ ਪੰਜਾਬੀ ਕਾਨਫਰੰਸ ਦੇ ਉੱਤੇ ਕੀ ਹੋਣੀਆਂ ਚਾਹੀਦੀਆਂ ਨੇ, ਸਬਜੈਕਟਾਂ ਤੋਂ ਵਿਸ਼ਵ ਪੰਜਾਬੀ ਕਾਨਫਰੰਸ ਜਿਹੜੀ ਹੈ ਉਹ ਹਰ ਵਾਰ ਕਿਉਂ ਉਖੜਦੀ ਹੈ, ਵਿਸ਼ਿਆਂ ਤੋਂ ਪਰੇ ਕਿਉਂ ਜਾਂਦੀ ਹੈ, ਵਿਸ਼ੇ ਜਿਹੜੇ ਉਸ ਦੇ ਨਾਲ ਰਿਲੇਟਡ ਨਹੀਂ ਉਹ ਲੈ ਰਹੀ ਹੈ, ਭਾਵੇਂ ਕਿ ਉਹ ਵਿਸ਼ੇ ਚੰਗੇ ਹੋਣ ਪਰ ਜਦੋਂ ਰਿਲੇਟਡ ਹੀ ਉਸ ਸਮਾਗਮ ਦੇ ਨਾਲ ਨਹੀਂ ਹੁੰਦੇ ਉਹ ਕਿਉਂ ਲੈ ਰਹੀ ਹੈ, ਅਤੇ ਉਸ ਦੇ ਸੱਦੇ ਦੇ ਉੱਤੇ ਮਹਿਮਾਨ ਜਿਹੜੇ ਨੇ ਉਹ ਇੰਨੇ ਕਿਉਂ ਵਿਲਕਦੇ ਨੇ, ਇੰਨੇ ਤੜਫਦੇ ਕਿਉਂ ਨੇ? ਮੈਂ ਸਮਝਾਂਗਾ ਕਿ ਕੁਛ ਤੋਂ ਮਜ਼ਬੂਰੀਆਂ ਰਹੀ ਹੋਊਗੀ,
ਯੂੰ ਕੋਈ ਬੇਵਫਾ ਨਹੀਂ ਹੋਤਾ। ਇਸ ਦੇ ਉੱਤੇ ਕਰਾਂਗੇ ਚਰਚਾ, ਪ੍ਰੋਗਰਾਮ ਰਹੇਗਾ ਜਾਰੀ। ਇਸੇ ਤਰ੍ਹਾਂ ਮਿਲਦੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਦੋਸਤੋ ਮੁੜ ਹਾਜ਼ਰ ਹੋਏ ਤੁਹਾਡੀ ਖਿਦਮਤ ਦੇ ਵਿੱਚ ਪ੍ਰੋਗਰਾਮ ਅੱਜ ਦਾ ਮੁੱਦਾ ਲੈ ਕੇ ਕਰੀਏ ਤੁਹਾਡੇ ਨਾਲ ਵਿਚਾਰਾਂ ਕੀ ਨੇ ਤੁਹਾਡੇ ਵਿਚਾਰ। ਹੈਲੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਕੀ ਫਤਿਹ? ਬਹਾਦਰ ਸਿੰਘ ਸਿਆਡਾ ਤੋਂ ਬੋਲ ਰਿਹਾ ਜੀ। ਜੀ ਸਰਦਾਰ ਬਹਾਦਰ ਸਿੰਘ ਜੀ ਕੀ ਕਹੋਗੇ ਜੀ? ਸਭ ਤੋਂ ਪਹਿਲਾਂ ਸਰਦਾਰ ਗੁਰਿੰਦਰ ਸਿੰਘ ਜੀ ਨੂੰ ਇਸ ਕਾਨਫਰੰਸ ਵਿੱਚ ਆਉਣ ਲਈ, ਜੀ ਆਇਆਂ ਨੂੰ ਤੇ ਤੁਹਾਡੀ ਬਹਾਦਰੀ ਨੂੰ ਦਾਤ। ਮਿਹਰਬਾਨੀ ਮਿਹਰਬਾਨੀ। ਹਾਂਜੀ, 60 ਸਾਲ ਪਹਿਲਾਂ ਯੂਨੀਵਰਸਿਟੀ ਯੂਨੈਸਕੋ ਨੇ ਪੰਜਾਬੀ ਦੀ ਸਮਾਪਤੀ ਲਈ ਇੱਕ ਅਨਾਉਂਸਮੈਂਟ ਕੀਤੀ ਸੀ। ਉਸ ਵਕਤ ਅਸੀਂ ਬੜਾ ਸ਼ੋਰ ਮਚਾਇਆ ਸੀ ਕਿ ਇਹਨਾਂ ਦਾ ਦਿਮਾਗ ਠੀਕ ਨਹੀਂ, ਪਰ ਜੋ ਅਸੀਂ 70 ਸਾਲਾਂ ਵਿੱਚ ਮਹਿਸੂਸ ਕੀਤਾ, ਸ਼੍ਰੋਮਣੀ ਕਮੇਟੀਆਂ ਯੂਨੀਵਰਸਿਟੀਆਂ ਨੇ ਉਸ ਗੱਲ ਨੂੰ ਸੰਪੂਰਨ ਕਰਨ ਵਿੱਚ ਪੂਰਾ ਸਹਿਯੋਗ ਦਿੱਤਾ ਹੈ। ਕੂੜੇ ਨੂੰ ਤੇ ਜੂੜੇ ਨੂੰ ਖਤਮ ਕਰਨ ਵਾਸਤੇ 60 ਸਾਲਾਂ ਵਿੱਚ ਪੰਜਾਬ ਸਰਕਾਰਾਂ ਨੇ ਵੀ ਪੂਰਾ ਸਹਿਯੋਗ ਦਿੱਤਾ ਹੈ। ਖਤਮ ਕਰਨ ਲਈ, ਖਤਮ ਕਰਨ ਲਈ। ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ ਹੈ। ਸਰਵਾਂ ਸੰਸਥਾ ਤੋਂ ਲੈ ਕੇ ਸਰਕਾਰਾਂ ਤੱਕ ਜੀ। ਅਬ ਜਿੰਨੀਆਂ ਹੋਰ ਸਿੱਖ ਕਮੇਟੀਆਂ ਨੇ ਉਹਨਾਂ ਨੇ ਵੀ ਇਸ ਵਿੱਚ ਕੋਈ ਕਸਰ ਨਹੀਂ ਛੱਡੀ। ਇਸ ਗੱਲ ਕਰਕੇ ਮੈਂ ਹਰਿਆਣਾ ਦੇ ਚੀਫ ਮਿਨਿਸਟਰ ਖੱਟਰ ਸਾਹਿਬ ਨੂੰ ਤੇ ਸਰਦਾਰ ਗੁਰਿੰਦਰ ਸਿੰਘ ਜੀ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਕਿ ਇਹਨਾਂ ਨੇ ਪੰਜਾਬ ਤੋਂ ਦੂਰ ਰਹਿ ਕੇ ਜੋ ਸੇਵਾ ਆਰੰਭੀ ਹੈ ਉਹ ਬਹੁਤ ਹੀ ਸ਼ਲਾਘਾਯੋਗ ਹੈ। ਮਿਹਰਬਾਨੀ ਤੁਹਾਡਾ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਹੈਲੋ ਹੈਲੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਸਾਹਿਬ ਕੌਣ ਸਾਹਿਬ ਬੋਲ ਰਹੇ ਹੋ? ਚਰਨ ਸਿੰਘ ਪ੍ਰੇਮਪੁਰਾ ਬੋਲਦਾ ਸਰ ਜੀ। ਹਾਂਜੀ ਪ੍ਰੇਮਪੁਰਾ ਸਾਹਿਬ ਜੀ, ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਰਿਆੜ ਸਾਹਿਬ, ਸਾਡੇ ਹਰਿਆਣੇ ਦੇ ਡਾਇਰੈਕਟਰ ਨੂੰ ਤੁਸੀਂ ਮੁੱਦੇ ਤੇ ਲਿਆ ਕੇ ਦਿਲ ਖੁਸ਼ ਕਰਤਾ। ਓਏ ਜੀ, ਸਾਡੇ ਵਾਸਤੇ ਹਰਿਆਣੇ ਤੋਂ ਜਾਂ ਕੋਈ ਬੰਬੇ ਤੋਂ ਆ ਜਿਹੜਾ ਪੰਜਾਬੀ ਦੀ ਗੱਲ ਕਰਦਾ, ਉਹ ਡਾਇਰੈਕਟਰ ਪੰਜਾਬੀ ਦਾ ਹੀ ਹੁੰਦਾ ਸਾਡੇ। ਨਹੀਂ ਪਰ ਸਾਹੀ ਤੁਹਾਡਾ ਧੰਨਵਾਦ ਕਰਨਾ ਸਾਨੂੰ ਹਰਿਆਣੇ ਵਾਲਿਆਂ ਨੂੰ। ਹੁਣੇ ਡਾਕਟਰ ਸਾਹਿਬ ਕਹਿ ਕੇ ਹਟੇ ਨੇ ਵੀ ਸਾਨੂੰ ਬੋਲਣ ਦਾ ਟਾਈਮ ਨਹੀਂ ਤੁਸੀਂ ਦਿੰਦੇ, ਤੇ ਅਸੀਂ ਤੁਹਾਡਾ ਧੰਨਵਾਦ ਨਾ ਕਰੀਏ, ਤੁਸੀਂ ਸਾਨੂੰ ਇੱਕ ਘੰਟੇ ਦਾ ਟਾਈਮ ਦੇ ਰਹੇ। ਅਸੀਂ ਨਹੀਂ ਰੋਕਦੇ ਸੀ, ਅਸੀਂ ਦਿੰਦੇ। ਡਾਇਰੈਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਦਾਸ ਵੀ ਹਰਿਆਣੇ ਤੋਂ ਕੁਰਸ਼ੇਤਰ ਤੋਂ ਜੀ। ਤੇ ਬਹੁਤ ਹੀ ਮਨ ਖੁਸ਼ ਹੋਇਆ, ਤੁਸੀਂ ਮਾਂ ਬੋਲੀ ਦੀ ਸੇਵਾ ਕਰ ਰਹੇ ਹੋ ਔਰ ਉਸ ਸਟੇਟ 'ਚ ਰਹਿ ਗਏ ਜਿੱਥੇ ਅਸੀਂ ਬਹੁਤ ਹੀ ਘੱਟ ਗਿਣਤੀ 'ਚ ਹਾਂ। ਮੈਨੂੰ ਵਿਸ਼ੇਸ਼ ਤੌਰ 'ਤੇ ਸੱਦਿਆ ਗਿਆ ਕਿ ਤੁਸੀਂ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਜੋ ਤਿਆਰੀਆਂ ਔਰ ਜੋ ਵਧੀਆ ਕੰਮ ਕਰ ਰਹੇ ਹੋ ਉਹਨਾਂ ਦੇ ਬਾਰੇ ਚਰਚਾ ਕਰੋਗੇ? ਹਾਂਜੀ ਹਾਂਜੀ। ਪੰਜਾਬ ਜਿਹਨੂੰ ਕਿ ਸਿਰਮੌਰ ਹੋ ਕੇ ਸਾਰੇ ਫੰਕਸ਼ਨ ਬੜੇ ਵਧੀਆ ਤਰੀਕੇ ਨਾਲ ਮਨਾਉਣੇ ਚਾਹੀਦੇ ਸਨ, ਉਹ ਨਾ ਮਨਾ ਕੇ ਸਾਡਾ ਹਰਿਆਣਾ 550 ਸਾਲਾਂ ਨੂੰ ਸੈਮੀਨਾਰਾਂ ਦੇ ਰੂਪ ਵਿੱਚ ਪਿੰਡ ਪਿੰਡ ਸ਼ਹਿਰ ਸ਼ਹਿਰ ਜਾ ਕੇ ਮਨਾ ਰਿਹਾ। ਔਰ ਮੈਨੂੰ ਫਿਰ ਇੱਥੇ ਆਉਣ 'ਤੇ ਕਹਿਣ ਲੱਗੇ ਕਿ ਤੁਹਾਡਾ ਟੌਪਿਕ ਸਾਡੀ ਮੈਨੇਜਮੈਂਟ ਨੂੰ ਪਸੰਦ ਨਹੀਂ ਆਇਆ, ਤੁਹਾਡਾ ਆਰਟੀਕਲ ਜਿਹੜਾ ਹੈ ਉਹ ਰਿਜੈਕਟ ਹੋ ਗਿਆ। ਮੈਂ ਕਿਹਾ ਬੜੀ ਮਿਹਰਬਾਨੀ। ਫਿਰ ਮੇਰੇ ਕੋਲ ਲੋਹਗੜ੍ਹ ਦਾ ਮੁੱਦਾ ਹੈ, ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਕਿਲਾ ਹਰਿਆਣੇ 'ਚ ਲੱਭਿਆ ਗਿਆ ਹੈ, ਮੇਰਾ ਉਹ ਪੈਟ ਸਬਜੈਕਟ ਹੈ, ਮੈਂ ਉਸ 'ਤੇ ਗੱਲ ਕਰ ਲਾਂ। ਅਤੇ ਮੈਨੂੰ ਵਿਸ਼ੇਸ਼ ਤੌਰ 'ਤੇ ਰੋਕਿਆ ਗਿਆ ਕਿ ਤੁਸੀਂ ਕੁਛ ਵੀ ਗੱਲ ਕਰ ਸਕਦੇ ਹੋ, ਲੇਕਿਨ ਜੋ ਹਰਿਆਣੇ ਨੇ ਲੋਹਗੜ੍ਹ ਦਾ ਕਿਲਾ, ਦੁਨੀਆ ਦਾ ਸਭ ਤੋਂ ਵੱਡਾ ਕਿਲਾ, ਲੋਹਗੜ੍ਹ ਖਾਲਸਾ ਰਾਜਧਾਨੀ, ਬੰਦਾ ਸਿੰਘ ਬਹਾਦਰ ਦੀ ਥਾਪੀ ਹੋਈ ਔਰ ਗੁਰੂਆਂ ਦੀ ਬਣਾਈ ਹੋਈ ਰਾਜਧਾਨੀ, ਉਹਦੇ ਬਾਰੇ ਗੱਲ ਬਿਲਕੁਲ ਨਹੀਂ ਕਰਨੀ, ਇੱਕ ਸ਼ਬਦ ਵੀ ਨਹੀਂ ਬੋਲਣਾ। ਮੈਂ ਹੈਰਾਨ ਰਹਿ ਗਿਆ। ਫਿਰ ਮੈਨੂੰ ਜੋ ਉੱਥੇ ਬੋਲਿਆ ਗਿਆ ਉਹ 5-7 ਮਿੰਟ ਮੈਂ ਹਰਿਆਣੇ ਦੇ ਪੰਜਾਬੀਆਂ ਦੀ ਤਾਰੀਫ ਕੀਤੀ,
ਜੋ ਕੋਆਪਰੇਸ਼ਨ ਸਾਨੂੰ ਹਰਿਆਣੇ 'ਚ ਮੁੱਖ ਮੰਤਰੀ ਵੱਲੋਂ ਮਿਲੀ ਹੈ ਉਹਦੀ ਮੈਂ ਗੱਲ ਰੱਖੀ ਔਰ ਲੋਕਾਂ ਨੇ ਬਹੁਤ ਉਸਨੂੰ ਸਰਾਹਿਆ। ਇਸ ਦੇ ਪਿੱਛੇ ਦੱਸੋ ਕੀ ਕਾਰਨ ਨੇ ਵੱਡੇ, ਤੁਹਾਨੂੰ ਕੀ ਲੱਗਦੇ ਨੇ ਇਸ ਪਿੱਛੇ ਕਾਰਨ ਕਿ ਨਾ ਲੋਹਗੜ੍ਹ ਦੀ ਗੱਲ ਕਰਨੀ ਹੈ, ਇਹ ਸਬਜੈਕਟ ਵੀ ਖੂਨ ਦੀ ਗੱਲ ਕੀਤੀ ਜਾ ਰਹੀ ਹੈ ਜਦਕਿ ਪੰਜ ਭਾਸ਼ਾਵਾਂ ਦੇ ਵਿੱਚ ਕਿਤਾਬਾਂ ਜਿਹੜੀਆਂ ਨੇ ਉਹਦੀ ਖੋਜ ਵੀ ਜੀ। ਸਭ ਤੋਂ ਵੱਡੀ ਪਰੇਸ਼ਾਨੀ ਇਹ ਹੈ ਪਹਿਲੇ ਇਹਨਾਂ ਨੂੰ ਸਾਡੇ ਤੇ ਇਤਰਾਜ਼ ਸੀ ਕਿ ਅਸੀਂ ਲੋਹਗੜ੍ਹ ਦੇ ਕਿਲੇ ਦੀ ਖੋਜ ਵਾਸਤੇ ਕਿੰਨੀਆਂ ਪੈਂਟਾਂ ਪਾਟੀਆਂ ਤੁਹਾਡੀਆਂ ਛਾਪਿਆਂ 'ਚ ਫਸ ਫਸ ਕੇ? ਸਾਡੇ ਤਾਂ ਲੋਹਗੜ੍ਹ ਵਾਸਤੇ ਤੁਸੀਂ ਜਾਨ ਵੀ ਹਾਜ਼ਰ ਹੈ ਔਰ ਜੋ ਪਾਟਿਆ ਜੋ ਗਿਆ ਅਸੀਂ ਉਹਨੂੰ ਤਿਲਾਂਜਲੀ ਸਮਝਦੇ ਹਾਂ ਵੀ ਇਹ ਤਿਲ ਵਰਗਾ ਕੰਮ ਕੀਤਾ। ਮੈਨੂੰ ਬਹੁਤ ਲੋਕ ਪੁੱਛਦੇ ਨੇ ਤੁਹਾਡਾ ਲੋਹਗੜ੍ਹ ਦਾ ਪ੍ਰੋਜੈਕਟ ਕਦ ਤੱਕ ਕੰਪਲੀਟ ਹੋ ਜਾਏਗਾ? ਮੈਂ ਕਿਹਾ ਜੇ ਸਾਡੀ ਆਉਣ ਵਾਲੀ ਦਸ਼ਤ ਪੁਸ਼ਤਾਂ ਵੀ ਪੂਰਾ ਕਰਦੇ ਨੇ ਇਸ ਕੰਮ ਨੂੰ ਤਾਂ ਸ਼ੁਕਰ ਮੰਨਿਆ ਜੀ। ਇੰਨਾ ਵੱਡਾ ਪ੍ਰੋਜੈਕਟ ਹੈਗਾ, ਇਹ ਕੋਈ ਉਹ ਨਹੀਂ ਹੈਗੀ ਫਿਲਮ ਜਿਹੜੀ ਬਣਾਈ ਅੱਧੇ ਘੰਟੇ 'ਤੇ ਤੁਹਾਡੇ ਕੋਲ ਪ੍ਰੋਜੈਕਟ ਬਣਾ ਕੇ ਰੱਖਤਾ ਫਿਲਮ ਬਣ ਗਈ ਹੈ। ਇਹ ਲੋਹਗੜ੍ਹ ਦੀ ਖੋਜ ਜਿਹੜੀ ਹੈ ਇਸ ਖੋਜ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਤਾ ਹੈ। ਪਹਿਲਾਂ ਤਾਂ ਉਹਨਾਂ ਨੇ ਐਲੀਗੇਸ਼ਨ ਲਾਏ ਵੀ ਇਹ ਝੂਠ ਹੈ, ਇਹ ਸਿੱਖ ਇਤਿਹਾਸ ਨੂੰ ਤਰੋੜ ਬਰੋੜ ਰਹੇ ਨੇ। ਜਦੋਂ ਅਸੀਂ ਉਹਨਾਂ ਦੇ ਅੱਗੇ ਐਵੀਡੈਂਸ ਰੱਖ ਦਿੱਤੇ ਉਹ ਮਜਬੂਰ ਹੋ ਗਏ ਵੀ ਇਹਨਾਂ ਨੂੰ ਅਸੀਂ ਗਲਤ ਤਾਂ ਕਹਿ ਨਹੀਂ ਸਕਦੇ, ਫਿਰ ਸਾਨੂੰ ਪਲੀਡਿੰਗ 'ਤੇ ਆ ਗਏ ਕਿ ਤੁਸੀਂ ਇਹ ਗੱਲਾਂ ਨਾ ਕਰੋ। ਔਰ ਹੁਣ ਉਹ ਚਾਹੁੰਦੇ ਨੇ, ਹੁਣ ਲੋਕ ਉਹਨਾਂ ਨੂੰ ਪੁੱਛ ਰਹੇ ਨੇ ਕਿ ਜਿਹੜਾ ਲੋਹਗੜ੍ਹ ਦਾ ਕਿਲ੍ਹਾ, ਆ ਦੋ ਮੁੰਡੇ ਜਿਹੜੇ ਕਿ ਨਾ ਤਾਂ ਇਤਿਹਾਸਕਾਰ ਨੇ, ਨਾ ਕੋਈ ਸਾਹਿਤਿਕਾਰ ਨੇ, ਨਾ ਕੋਈ ਹਿਸਟੋਰੀਅਨ ਨੇ, ਇਹ ਮੁੰਡੇ ਨੇ ਮਿਹਨਤ ਕਰਕੇ ਟੀਮ ਬਣਾ ਕੇ ਲੱਭ ਸਕਦੇ ਨੇ ਅਤੇ ਸਿਰਮੌਰ ਸੰਸਥਾਵਾਂ ਸੈਂਕੜੋ ਸਾਲਾਂ ਤੋਂ ਕੀ ਕਰ ਰਹੀਆਂ ਨੇ, ਉਹ ਉਹਨਾਂ ਕੋਲ ਮੂੰਹ ਲਗਾਉਣ ਵਾਸਤੇ ਥਾਂ ਨਹੀਂ ਲੱਭ ਰਹੀ, ਤਾਂ ਕਰਕੇ ਸਾਡੇ ਰੋੜੇ ਅਟਕਾ ਰਹੇ ਨੇ। ਅਸੀਂ ਜਦੋਂ ਬੰਬੇ ਤੁਹਾਡੇ ਸੱਦਾ ਪੱਤਰ ਤੋਂ ਬਾਅਦ 'ਚ ਉਹਨਾਂ ਨੂੰ ਪਤਾ ਲੱਗਦਾ, ਹਾਂ ਸਾਡੇ ਲਿਆ ਜਾਂਦਾ ਡੈਜ਼ਿਗਨੇਸ਼ਨ ਦੇ ਤੌਰ 'ਤੇ, ਬਿਲਕੁਲ ਸਾਡੇ ਕੋਲ ਸੱਦਾ ਪੱਤਰ ਜਿਹੜਾ ਹੈ ਉਹ ਅਕੈਡਮੀ ਦੀ ਮੇਲ ਆਈ ਡੀ ਸਰਕਾਰੀ ਮੇਲ ਆਈ ਡੀ 'ਤੇ ਹੈ। ਉਸ ਤੋਂ ਬਾਅਦ ਮੈਂ ਉਹਨਾਂ ਨੂੰ ਲਿਖ ਰਿਹਾ ਕਿ ਮਾਨਯ ਮੁੱਖ ਮੰਤਰੀ ਦੀ ਮੈਨੂੰ ਪਰਮਿਸ਼ਨ ਲੈਣੀ ਪਏਗੀ, ਮੈਨੂੰ ਤੁਸੀਂ ਆਪਣੇ ਪ੍ਰੋਗਰਾਮ ਡਿਟੇਲਸ ਭੇਜੋ, ਮੇਰੇ ਕੋਲ ਅਕੈਡਮੀ ਦਾ ਲੋਗੋ ਮੰਗਿਆ ਜਾਂਦਾ, ਮੇਰੀ ਫੋਟੋ ਮੰਗੀ ਜਾਂਦੀ ਹੈ। ਔਰ ਜਦੋਂ ਮੈਂ ਇੱਥੇ ਪਹੁੰਚਣਾ 52 ਫੋਟੋਆਂ ਲੱਗੀਆਂ ਨੇ, ਨਾ ਉਹ 'ਚ ਸਾਡੀ ਫੋਟੋ ਹੈ, ਨਾ ਸਾਡੀ ਅਕੈਡਮੀ ਦਾ ਲੋਗੋ ਹੈ, ਔਰ ਸਾਨੂੰ ਇਹ ਕਿਹਾ ਜਾਂਦਾ ਕਿ ਤੁਹਾਡਾ ਬੋਲਣ ਦਾ ਟਾਈਮ ਜਿਹੜਾ ਹੈ ਉਹ ਤੈਅ ਹੀ ਨਹੀਂ ਹੋਇਆ ਹਾਲੇ। ਉਹ ਮੈਂ ਕਿਹਾ ਤੁਸੀਂ ਦੱਸੋ ਤਾਂ ਸਹੀ, ਜਿਸ ਤਰ੍ਹਾਂ ਮੈਨੂੰ ਅਜੈਬ ਸਿੰਘ ਚੱਠਾ ਜੀ ਨੇ ਓਬਲਾਈਜ ਕੀਤਾ, ਮੈਂ ਉਹਨਾਂ ਦਾ ਸ਼ੁਕਰਗੁਜ਼ਾਰ ਵੀ ਹਾਂ ਵੀ ਉਹਨਾਂ ਦੇ ਕਿੰਨਾ ਦਬਾਅ ਹੋਣਾ ਕਿ ਤੁਸੀਂ ਹਰਿਆਣੇ ਤੋਂ ਆਏ ਡਾਇਰੈਕਟਰ ਨੂੰ ਬੋਲਣ ਨਹੀਂ ਦੇਣਾ, ਔਰ ਕਿਸ ਉਹਨਾਂ ਨੇ ਮੇਰੇ ਭਾਵਨਾ ਨਾਲ ਮੈਨੂੰ ਫਿਰ ਵੀ ਸਮੇਂ ਦਿੱਤਾ। ਔਰ ਜਦੋਂ ਮੈਂ ਉਹਨਾਂ ਨੂੰ 5.5 ਮਿੰਟ ਐਡਰੈਸ ਕਰਨ ਤੋਂ ਬਾਅਦ ਲੋਹਗੜ੍ਹ ਦੀ ਪੰਜਾਬੀ ਕਿਤਾਬ ਉਹਨਾਂ ਨੂੰ ਸਪੁਰਦ ਕੀਤੀ, ਉਹਨਾਂ ਨੇ ਮੇਰੇ ਪੈਰਿਆਂ ਹੱਥ ਲਾ ਕੇ ਆਸ਼ੀਰਵਾਦ ਲਿਆ, ਇਸ ਤੋਂ ਮੈਂ ਉਹਨਾਂ ਦਾ ਜੋ ਵੀ ਧੱਕਾ ਸੀ ਉਹਨੂੰ ਭੁੱਲ ਗਿਆ, ਔਰ ਮੈਨੂੰ ਮਹਿਸੂਸ ਹੋਇਆ ਕਿ ਉਹ ਦਿਲ ਤੋਂ ਮਾੜੇ ਦਿਲ ਤੋਂ ਮਾੜੇ ਨਹੀਂ, ਭਾਵਨਾ ਬਹੁਤ ਵਧੀਆ, ਚੱਚਾ ਸਾਹਿਬ ਦੀ ਭਾਵਨਾ ਹੈ। ਸੋ ਆਪਾਂ ਜ਼ਿਕਰ ਕਰਾਂਗੇ ਦੋਸਤੋ, ਪ੍ਰੋਗਰਾਮ ਨੂੰ ਇਸੇ ਤਰ੍ਹਾਂ ਜਾਰੀ ਰੱਖਾਂਗੇ, ਤੁਹਾਡੇ ਵੀ ਵਿਚਾਰ ਕਿ ਵਿਸ਼ਵ ਪੰਜਾਬੀ ਕਾਨਫਰੰਸ ਨੂੰ ਲੀ ਤੋਂ ਕਿਉਂ ਲਾਇਆ ਜਾ ਰਿਹਾ ਔਰ ਲਾਇਆ ਜਾਂਦਾ ਹੈ, ਔਰ ਕੀ ਇਹ ਮੁੜ ਕੇ ਲੀਹਾਂ ਦੇ ਉੱਤੇ ਚੜ੍ਹ ਸਕੇਗੀ, ਇਸ ਵਾਸਤੇ ਪ੍ਰਯਾਸ ਕਰਨ ਦੀ ਲੋੜ ਹੈ, ਕਿਹੜੇ ਲੋਕ ਇਸ ਦੇ ਵਿੱਚ ਨਵੇਂ ਸ਼ਾਮਲ ਹੋਣ, ਕਿਹੜੇ ਲੋਕਾਂ ਦੇ ਵਿੱਚ ਇਸ ਦੀ ਵਾਗਡੋਰ ਹੋਵੇ, ਇਸ ਦੇ ਉੱਤੇ ਕਰਾਂਗੇ ਵਿਚਾਰ ਚਰਚਾ। ਪ੍ਰੋਗਰਾਮ ਰਹੇਗਾ ਜਾਰੀ, ਇਸੇ ਤਰ੍ਹਾਂ ਮਿਲਦੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਹਾਜ਼ਰ ਹੋਏ ਹਾਂ ਤੁਹਾਡੀ ਖਿਦਮਤ ਦੇ ਵਿੱਚ। ਸਰ ਗੁਰਿੰਦਰ ਸਿੰਘ ਜੀ, ਕੋਈ ਇੱਕ ਸਵਾਲ ਕਰਨਾ ਚਾਹਾਂਗਾ। ਮੈਨੂੰ ਇਹ ਲੱਗਦਾ ਕਿ ਜਿਸ ਢੰਗ ਦੇ ਨਾਲ ਵਿਸ਼ਵ ਪੰਜਾਬੀ ਕਾਨਫਰੰਸ ਦੇ ਵਿੱਚ ਨਸ਼ੇ ਦੀ ਦੁਹਾਈ ਦਿੱਤੀ ਗਈ, ਇੱਕ ਨਸ਼ਾ ਵਿਸ਼ਵ ਨਸ਼ਾ ਵਿਰੋਧੀ ਕਾਨਫਰੰਸ, ਉਹ ਵਿਦੇਸ਼ ਦੀ ਧਰਤੀ ਦੇ ਉੱਤੇ ਕਰਵਾਈ ਨਹੀਂ ਜਾਣੀ ਚਾਹੀਦੀ, ਉਹ ਚੰਡੀਗੜ੍ਹ 'ਚ ਕਰਵਾਈ ਜਾਣੀ ਚਾਹੀਦੀ ਹੈ, ਜਿਹਦੇ ਵਿੱਚ ਰਾਜਨੀਤਿਕ ਲੋਕ ਨਾਲ ਲੱਗਦੀਆਂ ਸਟੇਟਾਂ ਤੋਂ ਵੀ ਉਹ ਸ਼ਾਮਲ ਕੀਤੇ ਜਾਣ, ਉਹਨਾਂ ਦੇ ਵਿਚਾਰ ਲੈ, ਜਿਹੜੇ ਪੁਲਿਸ ਅਫਸਰ ਇਨਵਾਲਵ ਪੋਲੀਟੀਕਲ ਲੋਕ ਜਿਹੜੇ ਨੇ ਉਹ, ਕਿਉਂਕਿ ਜੇ ਅਸੀਂ ਅੱਜ ਇਹ ਕਾਨਫਰੰਸ ਜਿਹੜੀ ਹੈ ਉਹ ਕੈਨੇਡਾ ਦੇ ਵਿੱਚ ਕਰਵਾਵਾਂਗੇ ਤਾਂ ਕੈਨੇਡਾ ਦੇ ਵਿੱਚ ਨਸ਼ਾ ਅਤੇ ਗੈਂਗਵਾਰ ਦੀ ਟੱਸਲ ਦੇ ਵਿੱਚ ਸਾਡੇ ਪੰਜਾਬੀਆਂ ਦੇ ਪੁੱਤਰਾਂ ਦੇ ਟਰੱਕ ਟਰੱਕ ਮਰੇ ਨੇ ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਪਿਛਲੇ ਸਾਲਾਂ ਦੇ ਵਿੱਚ। ਤਾਂ ਸਾਨੂੰ ਇੱਥੇ ਨਸ਼ੇ ਦਾ ਜੇ ਅਸੀਂ ਅਲਾਪ ਲਾਉਣੀ ਹੈ ਤਾਂ ਮੈਂ ਸਮਝਾਂਗਾ ਕਿ ਗੋਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਹੈ। ਕਿ ਇਹਦੀ ਰੂਪਰੇਖਾ ਵਿਸ਼ਵ ਪੰਜਾਬੀ ਕਾਨਫਰੰਸ ਦੀ ਜਿਹੜੀ ਹੈ ਉਹ ਕਿੱਦਾਂ ਦੀ ਹੋਣੀ ਚਾਹੀਦੀ ਤੁਹਾਡੇ ਹਿਸਾਬ ਦੇ ਨਾਲ? ਵਿਸ਼ਵ ਪੰਜਾਬੀ ਕਾਨਫਰੰਸ ਦਾ ਜਿਸ ਤਰ੍ਹਾਂ ਅਸੀਂ ਪਹਿਲੇ ਵੀ ਜ਼ਿਕਰ ਕੀਤਾ, ਉੱਥੇ ਪੰਜਾਬੀਆਂ ਦੇ ਡਿਵੈਲਪਮੈਂਟ ਦੀ ਗੱਲਾਂ ਹੋਣੀਆਂ ਚਾਹੀਦੀਆਂ ਨੇ।
ਉੱਥੇ ਜਿਹੜੇ ਸਾਡੇ ਪੰਜਾਬੀ ਐਗਜ਼ੈਂਪਲਰੀ ਸੁਸਾਇਟੀ ਵਿੱਚ ਜਿਹਨਾਂ ਲੀਡ ਕੀਤਾ ਉਹਨਾਂ ਨੂੰ ਰੋਲ ਮਾਡਲ ਮੰਨ ਕੇ ਉਹਨਾਂ ਦੀ ਫੋਟੋਆਂ ਲੱਗਣੀ ਚਾਹੀਦੀਆਂ, ਉਹਨਾਂ ਦੀ ਜੀਵਨੀ ਲੱਗਣੀ ਚਾਹੀਦੀ ਹੈ, ਔਰ ਉਹਨਾਂ ਨੂੰ ਸਾਨੂੰ ਜੋੜ ਕੇ ਚੱਲਣਾ ਚਾਹੀਦਾ। ਔਰ ਰਹੀ ਚਿੱਟੇ ਦੀ ਗੱਲ, ਤੁਸੀਂ ਅਗਰ ਤਾਂ ਕੈਨੇਡਾ 'ਚ ਚਿੱਟਾ ਖਤਮ ਕਰ ਲਿਆ, ਫਿਰ ਤਾਂ ਤੁਸੀਂ ਵਰਲਡ ਪੰਜਾਬੀ ਰੱਖ ਕੇ ਤੇ ਪੂਰੇ ਦੁਨੀਆ ਚਿੱਟਾ ਖਤਮ ਕਰੋ। ਕੈਨੇਡਾ ਦਾ ਚਿੱਟਾ ਖਤਮ ਤੁਹਾਡੇ ਕੋਲ ਨਹੀਂ ਹੋਇਆ, ਅਮਰੀਕਾ ਦਾ ਚਿੱਟਾ ਖਤਮ ਨਹੀਂ ਹੋਇਆ। ਆਸ-ਪਾਸ ਕੈਨੇਡਾ ਦੇ ਤਾਂ ਬਹੁਤ ਬੰਦੇ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਚਿੱਟੇ ਦੀ ਤਸਕਰੀ ਦੇ ਵਿੱਚ ਇਨਵੋਲਵ ਨੇ। ਫਿਰ ਤੇ ਇਦੋਂ ਬਾਅਦ ਪੰਜਾਬ ਦੇ ਪੋਲੀਟੀਸ਼ੀਅਨਾਂ ਨੂੰ ਇਲੈਕਸ਼ਨ ਵਾਸਤੇ ਤੁਸੀਂ ਪੈਸਾ ਦੇ ਰਹੇ ਹੋ। ਬਿਲਕੁਲ ਬਿਲਕੁਲ, ਇੱਥੋਂ ਦੀ ਬਲੈਕ ਲਿਸਟਾਂ ਨੂੰ ਖਤਮ ਕਰਾਉਣ ਵਾਸਤੇ ਤੁਸੀਂ ਪੈਸਾ ਦੇ ਰਹੇ ਹੋ, ਤੇ ਚਿੱਟੇ ਨੂੰ ਖਤਮ ਕਰਾਉਣ ਵਾਸਤੇ ਪ੍ਰੋਫੈਸਰਾਂ ਨੂੰ ਬੁਲਾ ਲਿਆ ਤੁਸੀਂ ਕਾਲਜਾਂ ਤੇ ਸਕੂਲਾਂ 'ਚ, ਉਹ ਬੱਚੇ ਪੜ੍ਹਾਉਣਗੇ ਪੰਜਾਬੀ ਦੀ ਗੱਲ ਕਰਨ, ਪੰਜਾਬੀ ਦੀ ਲਿਟਰੇਚਰ ਦੀ ਗੱਲ ਕਰਨਗੇ ਕਿ ਤੁਹਾਡੇ ਚਿੱਟੇ ਤੇ ਸੁਝਾਵ ਦੇਣਗੇ, ਇੱਕ ਮਾਸਟਰ ਕੋਲ ਦੀ ਉਮੀਦ ਕਰਦੇ ਜ਼ਰੂਰ ਕਾਲਸ ਲਈ। ਹੈਲੋ, ਹਾਂਜੀ ਅਰਵਿੰਦਰ ਜੀ, ਮੈਂ ਰਵਿੰਦਰ ਸਹਿਰਾ ਬੋਲ ਰਿਹਾ ਜੀ। ਸਹਿਰਾ ਸਾਹਿਬ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਜੀ? ਹਾਂਜੀ ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ ਜੀ ਸਰ। ਤੇ ਸਭ ਤੋਂ ਪਹਿਲਾਂ ਤਾਂ ਮੈਂ ਦੋ ਚਾਰ ਗੱਲਾਂ ਕਰਾਂਗਾ ਤੇ ਡਾਕਟਰ ਗੁਰਿੰਦਰ ਹੋਣਾ ਨੂੰ ਬਹੁਤ ਬਹੁਤ ਮੁਬਾਰਕਾਂ ਇੱਥੇ ਤੁਹਾਡੇ ਪ੍ਰੋਗਰਾਮ 'ਚ ਆਏ ਨੇ ਜੀ। ਇਸੇ ਸਾਲ ਮੈਂ ਮਾਰਚ ਤੋਂ ਜਦੋਂ ਇੰਡੀਆ ਗਿਆ ਸੀ ਤਾਂ ਅੰਬਾਲਾ ਕੈਂਟ ਵਿੱਚ ਇੱਕ ਸੈਮੀਨਾਰ ਹੋਇਆ ਸੀਗਾ ਤੇ ਉੱਥੇ ਇਹ ਵੀ ਉੱਥੇ ਆਏ ਹੋਏ ਸੀ ਤੇ ਬੜਾ ਵਧੀਆ ਗੱਲਾਂ ਬਾਤਾਂ ਹੋਈਆਂ ਉੱਥੇ ਜੀ। ਦਰਸ਼ਨ ਗਾਸੋ, ਓਮ ਪ੍ਰਕਾਸ਼ ਗਾਸੋ ਦੇ ਲੜਕੇ ਉੱਥੇ ਪ੍ਰੋਫੈਸਰ ਨੇ ਪੰਜਾਬੀ ਦੇ ਜੀ, ਉਹਨਾਂ ਨੇ ਬਹੁਤ ਹੀ ਉੱਚ ਪੱਧਰ ਦਾ ਸੈਮੀਨਾਰ ਕੀਤਾ ਸੀ ਔਰ ਇਹਨਾਂ ਨੇ ਇੱਥੇ ਕਿਹਾ ਸੀਗਾ ਵੀ ਪੰਜਾਬੀ ਬੋਲੀ ਦੀ ਪ੍ਰਫੁੱਲਤਾ ਲਈ ਤੁਸੀਂ ਅਕੈਡਮੀ ਨੂੰ ਜਦੋਂ ਵੀ ਕਹੋ, ਜਿੰਨਾ ਮਰਜ਼ੀ ਪੈਸਾ, ਸਾਡੇ ਕੋਲ ਪੈਸੇ ਦੀ ਘਾਟ ਨਹੀਂ, ਤੁਸੀਂ ਪ੍ਰੋਗਰਾਮ ਕਰੋ, ਮੈਂ ਉੱਥੇ ਹਾਜ਼ਰ ਹੋਵਾਂਗਾ ਔਰ ਤੁਹਾਨੂੰ ਪੈਸੇ ਦੀ ਕੋਈ ਤੰਗੀ ਨਹੀਂ ਰਹੇਗੀ। ਮਤਲਬ ਇਹ ਇਹਨਾਂ ਦੀ ਖੁਰਾਕ ਦੇ ਲਈ ਦੇਖੋ। ਤੇ ਦੂਜੀ ਗੱਲ ਬੜੀ ਸ਼ਰਮਨਾਕ ਜਿਹੜੀ ਗੱਲ ਹੈਗੀ ਆ ਵੀ ਗੁਰੂ ਨਾਨਕ ਦੇਵ ਦਾ ਜਿਹੜੇ ਆਪਣੇ ਆਪ ਨੂੰ ਸ਼ਾਇਰ ਕਹਿੰਦੇ ਸੀਗੇ, ਉਹਨਾਂ ਦਾ 550ਵਾਂ ਜਨਮ ਦਿਨ ਸਾਰੀ ਦੁਨੀਆ ਪੱਧਰ ਤੇ ਮਨਾਇਆ ਜਾ ਰਿਹਾ ਔਰ ਇੱਥੇ ਇਹ ਗੱਲ ਨਹੀਂ ਕਰ ਰਹੇ, ਰਾਈਟ? ਇਹਦਾ ਮਤਲਬ ਹੈਗਾ ਵੀ ਨਾ ਤਾਂ ਅਜਿਹੀਆਂ ਕਾਨਫਰੰਸਾਂ ਕਰਵਾਉਣ ਵਾਲੇ ਸੰਜੀਦਾ ਨੇ, ਨਾ ਹੀ ਇੱਥੇ ਵਿੱਚ ਜਿਹੜੇ ਬਹੁ ਗਿਣਤੀ ਗੈਰ ਲੇਖਕਾਂ ਦੀ ਆਈ ਆ ਉਹੀ ਸੰਜੀਦਾ ਸਨ, ਉਹ ਸਿਰਫ ਵੀਜ਼ੇ ਲਵਾਉਣ ਦੀ ਅਕਾਦਮਿਕ ਲੋਕ ਨੇ। 75% ਜਿਹੜੇ ਨੇ ਉਹ ਬਕਾਇਦਾ ਤੌਰ ਦੇ ਉੱਤੇ ਮੈਨੂੰ ਲੱਗਦਾ ਕਿ ਉਹਨਾਂ ਦਾ ਵਾਹ ਵਾਸਤਾ ਹੀ ਨਹੀਂ ਆ, ਉਹ ਜਿਲਦਾਂ ਵਾਲੇ ਨੇ, ਕਿਤਾਬਾਂ ਵਾਲੇ ਕੋਈ ਨਹੀਂ। ਸਿਰਫ ਉਹਨਾਂ ਨੂੰ 10 ਸਾਲ ਦਾ ਵੀਜ਼ਾ ਮਿਲ ਜਾਣਾ ਸੀਗਾ ਇੱਥੋਂ ਕੈਨੇਡਾ ਦਾ, ਸਿਰਫ ਉਹ ਲੈਣ ਕਰਕੇ ਇੱਥੇ ਸ਼ਾਮਲ ਹੋਏ, ਬਹੁਤ ਬਹੁਤ ਗਿਣਤੀ, ਕਿਉਂਕਿ ਆਮ ਲੋਕਾਂ 'ਚ ਖਦਸ਼ਾ ਵੀ ਕਿਤੇ ਇਹਦੇ ਪਿੱਛੇ ਧੰਦਾ ਤਾਂ ਨਹੀਂ ਹੋ ਰਿਹਾ, ਜੇ ਸਾਡੇ ਧੰਦਾ ਵਾਕਈ ਕਈ ਬੰਦਿਆਂ ਨੂੰ ਲੈ ਕੇ ਧੰਦਾ ਕਰ ਸਕਦੇ ਨੇ। ਕਈ ਬੰਦੇ ਕਹਿ ਰਹੇ ਨੇ ਜੀ, ਦੇਖੋ ਇਹਨਾਂ ਨੇ ਬਹੁਤ ਸਾਰੇ ਆਪਣੇ ਰਿਸ਼ਤੇਦਾਰ ਲੇਖਕ ਕੁਹਾ ਕੇ ਇੱਥੇ ਵੀਜ਼ੇ ਲਵਾ ਲਿਆ ਉਹਨਾਂ ਦੇ, ਪਤਾ ਨਹੀਂ ਉਹ ਕਿੰਨਾ ਸੱਚ ਆ ਕਿੰਨਾ ਝੂਠ ਹੈਗਾ। ਜੀ ਜੀ ਜੀ, ਪਰ ਇਹਦੇ ਵਿੱਚੋਂ ਇੱਕ ਗੱਲ ਤਾਂ ਜ਼ਰੂਰ ਨਿਕਲਦੀ ਆ ਕਿ ਕੈਨੇਡਾ ਵਿੱਚ ਸਾਡੇ ਬਹੁਤ ਹੀ ਸੰਜੀਦਾ ਲੇਖਕ ਟੋਰਾਂਟੋ ਵਿੱਚ, ਵੈਨਕੂਵਰ ਵਿੱਚ ਬੈਠੇ ਨੇ, ਉਹਨਾਂ ਨੂੰ ਇਹਨਾਂ ਨੇ ਅੱਜ ਤੱਕ ਜਿੰਨੀਆਂ ਵੀ 5 ਕਾਨਫਰੰਸਾਂ ਹੋਈਆਂ ਕਦੀ ਵੀ ਉਹਨਾਂ ਨੂੰ ਬੁਲਾਵਾ ਨਹੀਂ ਦਿੱਤਾ, ਕਦਾ ਵੀ ਸੱਦਾ ਪੱਤਰ ਨਹੀਂ ਕੀਤਾ, ਕਦੀ ਵੀ ਉਹਨਾਂ ਸਲਾਹ ਨਹੀਂ ਕੀਤੀ। ਰਾਈਟ 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 ਰਾਈਟ। ਹਾਂ, ਇਹਦੇ ਤੋਂ ਪਤਾ ਲੱਗਦਾ ਕਿ ਵੀ ਜਿਹੜੀਆਂ ਕਾਨਫਰੰਸਾਂ ਭਾਵੇਂ ਉਹ ਮਲੇਸ਼ੀਆ 'ਚ ਕਰ ਰਹੇ ਨੇ, ਭਾਵੇਂ ਪਾਕਿਸਤਾਨ ਵਿੱਚ ਕਰ ਰਹੇ ਨੇ, ਸਿਰਫ ਗਰੁੱਪ ਬੰਦੇ ਨੇ ਇਹ ਧੜੇ ਬਣੇ ਹੋਏ ਨੇ ਸਰਕਾਰਾਂ ਨੂੰ ਖੁਸ਼ ਕਰਨ ਲਈ, ਆਪੋ ਆਪਣੀਆਂ ਜਿਹੜੀਆਂ ਹੈਗੀਆਂ ਡਿਗਰੀਆਂ ਵਜਾ ਰਹੇ ਨੇ। ਜੇ ਪੰਜਾਬੀ ਦੀ ਕਾਨਫਰੰਸ ਕੋਈ ਹੋਈ ਸੀ ਤਾਂ 1982-83 ਵਿੱਚ ਜਦੋਂ ਇੰਗਲੈਂਡ ਵਿੱਚ ਹੋਈ ਸੀ ਜੀ, ਉਹ ਅਸਲੀ ਕਾਨਫਰੰਸ ਮੈਂ ਤਾਂ ਮੰਨਦਾ, ਜਿਹੜਾ ਉਹਨਾਂ ਨੇ 1 ਮਹੀਨਾ ਲਗਾਤਾਰ ਵੱਖਰੇ ਵੱਖਰੇ ਸ਼ਹਿਰਾਂ ਵਿੱਚ ਬਹੁਤ ਹੀ ਵੱਡੀ ਪੱਧਰ ਤੇ ਵਿਚਾਰ ਚਰਚਾ ਕੀਤੀ ਸੀ ਉਹਨਾਂ ਨੇ। ਜੀ 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 ਜੀ, ਉਹ ਲੋਕੀ ਅੱਜ ਤੱਕ ਵੀ ਉਹਨਾਂ ਨੂੰ ਯਾਦ ਕਰਦੇ ਨੇ, ਜਿਹਦੇ ਵਿੱਚ ਪੰਜਾਬੀ ਦੇ ਸਾਰੇ ਹੀ ਸਰਮੌਰ ਲੇਖਕ ਉੱਥੇ ਗਏ ਸੀਗੇ। 200 ਬੰਦਿਆਂ ਨੂੰ ਸੱਦ ਕੇ ਬਕਾਇਦਾ ਤੌਰ ਦੇ ਉੱਤੇ ਆਪਣੇ ਖਰਚੇ ਦੇ ਉੱਤੇ 2 ਦਿਨ ਦੀ ਰੋਟੀ ਖਵਾ ਕੇ ਤੇ ਵੱਡੇ ਪੱਧਰ ਦੇ ਉੱਤੇ ਇਹ 2 ਟੇਬਲ ਲਵਾ ਕੇ ਸਟੇਜ ਰਹਿਤ ਜਿਹੜੀਆਂ ਵਿਸ਼ਵ ਕਾਨਫਰੰਸ ਵਿਸ਼ਵ ਪੰਜਾਬੀ ਦੇ ਨਾਂ ਦੇ ਉੱਤੇ, ਮੈਨੂੰ ਗੁਵਾਰਾ ਨਹੀਂ ਖਾਂਦੀ। ਥੈਂਕ ਯੂ ਸਹਿਰਾ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਦੋਸਤੋ। ਪ੍ਰੋਗਰਾਮ ਨੂੰ ਜਾਰੀ ਰੱਖਾਂਗੇ ਇਸੇ ਤਰ੍ਹਾਂ, ਮਿਲਦੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
ਬਾਅਦ ਉਸ ਤੋਂ ਬਾਅਦ ਥੋੜ੍ਹੀ ਖਿਦਮਤ ਦੇ ਵਿੱਚ ਮੁੜ ਪ੍ਰੋਗਰਾਮ ਅੱਜ ਦਾ ਮੁੱਦਾ ਲੈ ਕੇ ਗੁਰਿੰਦਰ ਸਿੰਘ ਜੀ ਦੋ ਸਵਾਲ ਕਰਨੇ ਜ਼ਰੂਰ। ਸਭ ਤੋਂ ਪਹਿਲਾਂ ਤਾਂ ਇਹ ਕਿ ਉਹ ਕੀ ਮਜ਼ਬੂਰੀ ਤੁਹਾਨੂੰ ਲੱਗਦੀ ਸੀ ਕਿ ਮਹਾਰਾਸ਼ਟਰ ਦੇ ਵਿੱਚ ਐਸ ਜੀ ਪੀ ਸੀ ਦਾ ਚੀਫ ਸੈਕਟਰੀ 5 ਲੱਖ ਰੁਪਈਆ ਤਨਖਾਹ ਲੈਣ ਵਾਲਾ ਇੱਕ ਸਭ ਤੋਂ ਵੱਡਾ ਉੱਚ ਅਧਿਕਾਰੀ ਜਿਹੜਾ ਸੀ ਉਹ ਤੁਹਾਨੂੰ ਲੋਹਗੜ੍ਹ ਦੇ ਮਰਾਠੀ ਅਨੁਵਾਦ ਦੇ ਵਿਮੋਚਨ ਵਾਸਤੇ ਉੱਥੇ ਰੋਕਣ ਪਹੁੰਚਿਆ ਆਪ ਬਾਜ਼ਾਤੇ ਖੁਦ, ਇਹਦੇ ਪਿੱਛੇ ਕੀ ਲੱਗ ਰਿਹਾ? ਇਹਦੇ ਪਿੱਛੇ ਕਾਰਨ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤਾ, ਲੇਕਿਨ ਸਾਨੂੰ ਇਹ ਵੀ ਦੱਸਣ 'ਚ ਬੜੀ ਖੁਸ਼ੀ ਹੈ ਕਿ ਉਹਨਾਂ ਦੇ ਰੋਕਣ ਤੋਂ ਬਾਵਜੂਦ ਵਾਈ ਬੀ ਚੌਹਾਨ ਆਡੀਟੋਰੀਅਮ ਵਿੱਚ ਜਦੋਂ ਅਸੀਂ ਇਹ ਮਰਾਠੀ ਅਨੁਵਾਦ ਆਪਣਾ ਵਿਮੋਚਨ ਮਹਾਰਾਸ਼ਟਰ ਸਰਕਾਰ ਦੇ ਮੰਤਰੀਆਂ ਕੋਲੋਂ ਔਰ ਵਣਜਾਰਿਆਂ ਕੋਲ ਕਰਵਾ ਰਹੇ ਸੀ, ਸਾਡੇ ਮੂੰਹੋਂ ਨਿਕਲ ਗਿਆ ਕਿ ਵੀ ਇਹ ਵਣਜਾਰੇ ਸਾਡੇ ਵਿਛੜੇ ਭਰਾ ਨੇ, ਅਸੀਂ ਦੋਨੋਂ ਇੱਕ ਗੁਰੂ ਦੇ ਪੁੱਤਰ ਹੈਗੇ ਹਾਂ। ਅਤੇ ਉੱਥੇ ਜਿਹੜਾ ਜੈਮ ਪੈਕਡ ਹਾਲ ਸੀ ਉੱਥੋਂ 250 ਬੰਦਾ ਮਿਹਨਤ ਚੜ੍ਹ ਕੇ ਗਲੇ ਲੱਗ ਗਿਆ ਕਿ ਸਾਨੂੰ ਕਿਸੇ ਸਿੱਖ ਨੇ ਵਣਜਾਰਿਆਂ ਨੂੰ ਭਰਾ ਤੱਕ ਹੈ ਅਤੇ ਸਾਡਾ ਉਹਨਾਂ ਦੇ ਉੱਚ ਅਧਿਕਾਰੀ ਬਾਰੇ ਵੀ ਗੁੱਸਾ ਖਤਮ ਹੋ ਗਿਆ। ਅਤੇ ਜਿਹੜੀ ਗੱਲ ਤੁਸੀਂ ਦੂਸਰੀ ਪੁੱਛ ਰਹੇ ਸੀ ਵਿਸ਼ਵ ਪੰਜਾਬੀ ਕਾਨਫਰੰਸ ਦੀ, ਉਹ ਵੀ ਉਮੀਦ ਕਰਨਾ ਕਿ ਅਜੈਬ ਸਿੰਘ ਚੱਠਾ ਜੀ ਦਾ ਬਹੁਤ ਅੱਛਾ ਉੱਚਾ ਪ੍ਰਯਾਸ ਹੈ, ਸੋਚ ਉਹਨਾਂ ਦੀ ਬਹੁਤ ਵਧੀਆ ਹੈ, ਜੋ ਕੁਛ ਉਹਨਾਂ ਦੀ ਮਜਬੂਰੀਆਂ ਨੇ ਮੈਂ ਇਹ ਵਾਅਦਾ ਕਰਨਾ ਹਰਿਆਣਾ ਸਰਕਾਰ ਦੇ ਬਿਹਾਫ 'ਤੇ, ਹਰਿਆਣਾ ਪੰਜਾਬੀ ਸਿਹਤ ਅਕੈਡਮੀ ਦੇ ਬਿਹਾਫ 'ਤੇ ਕਿ ਅਸੀਂ ਉਹਨਾਂ ਦੇ ਨਾਲ ਮਿਲ ਕੇ ਇਹ ਉਮੀਦ ਕਰਨੇ ਹਾਂ ਕਿ ਅਗਲਾ ਸੈਮੀਨਾਰ ਬਹੁਤ ਵਧੀਆ ਕਰਨਗੇ, ਅਗਲੀ ਕਾਨਫਰੰਸ ਬਿਹਤਰੀਨ ਕਰਨਗੇ, ਅਸੀਂ ਉਹਨਾਂ ਦਾ ਪੂਰਾ ਸਹਿਯੋਗ ਦੇਵਾਂਗੇ ਔਰ ਜੋ ਕੁਛ ਉਹਨਾਂ ਦੀ ਮਜਬੂਰੀ ਹੈ ਉਹਨਾਂ ਤੋਂ ਘਬਰਾਉਣ ਨਹੀਂ, ਫਰਾਖ ਦਿਲੀ ਨਾਲ ਵਧੀਆ ਪ੍ਰੋਗਰਾਮ ਕਰਨ। ਔਰ ਮੈਂ ਇੱਥੇ ਆਉਣ 'ਤੇ ਜਸ ਪੰਜਾਬੀ ਨੇ ਸਾਨੂੰ ਪਿਛਲੇ ਸਾਲ ਵੀ ਬੜਾ ਮਾਣ ਬਖਸ਼ਿਆ ਸੀ, ਲੋਕ ਗੜਦੇ ਸਾਡੇ ਪ੍ਰਚਾਰ ਲਈ ਸਾਨੂੰ ਲੱਖਾਂ ਲੋਕਾਂ ਨਾਲ ਮਿਲਵਾਇਆ ਸੀ, ਜੋ ਇਹਨਾਂ ਦਾ ਪੰਜਾਬੀ ਦਾ ਜਿਹੜਾ ਜ਼ਬਾਨ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਤਰੀਕਾ ਹੈ, ਜੋ ਇਹਨਾਂ ਦਾ ਜਜ਼ਬਾਤ ਨਾਲ ਜਿਸ ਤਰ੍ਹਾਂ ਇਹ ਗੱਲ ਕਰਦੇ ਨੇ, ਉਹਨਾਂ ਤੋਂ ਅਸੀਂ ਬਹੁਤ ਜ਼ਿਆਦਾ ਸਹਿਮਤ ਹਾਂ। ਔਰ ਰਿਆੜ ਸਾਹਿਬ, ਤੁਹਾਡੇ ਮੁਕਾਬਲੇ ਦਾ ਮੈਨੂੰ ਮੂੰਹ 'ਤੇ ਤਾਰੀਫ ਤਾਂ ਨਹੀਂ ਕਰਨੀ ਚਾਹੀਦੀ, ਪਰ ਤੁਹਾਡੇ ਮੁਕਾਬਲੇ ਦਾ ਨਾ ਐਂਕਰ ਅਤੇ ਨਾ ਤੁਹਾਡੇ ਮੁਕਾਬਲੇ ਦਾ ਕੋਈ ਬ੍ਰੌਡਕਾਸਟਿੰਗ ਪੰਜਾਬੀਆਂ ਦਾ ਭਲਾ ਕਰਨ ਵਾਲਾ ਟੀ ਵੀ ਦੁਨੀਆਂ 'ਚ ਨਹੀਂ ਹੈਗਾ। ਮੈਂ ਇਹ ਉਮੀਦ ਕਰਾਂਗਾ ਕਿ ਬਾਕੀ ਪੰਜਾਬੀ ਚੈਨਲ ਵੀ ਤੁਹਾਡੇ ਤੋਂ ਸੋਧ ਲੈ ਕੇ, ਤੁਹਾਡੇ ਕੋਲੋਂ ਸਿੱਖਿਆ ਲੈ ਕੇ, ਤੁਹਾਡੇ ਕੋਲੋਂ ਰਾਹ ਪੁੱਛ ਕੇ ਲੋਕਾਂ ਦਾ ਭਲਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇਹ ਉਮੀਦ ਕਰਦਾ ਕਿ ਤੁਸੀਂ ਆਪਣੇ ਇਸ ਕਾਰਵਾਂ ਦੇ ਵਿੱਚ, ਇਸ ਕਾਫਲੇ ਦੇ ਵਿੱਚ ਬੇਬਾਕੀ ਦੇ ਤੌਰ ਦੇ ਉੱਤੇ ਇਸੇ ਤਰ੍ਹਾਂ ਤੁਸੀਂ ਆਪਣੀ ਆਵਾਜ਼ ਬੁਲੰਦ ਕਰਦੇ ਰਹੋ ਔਰ ਪੰਜਾਬੀ ਜ਼ਬਾਨ ਬਾਰੇ, ਔਰ ਖਾਸ ਤੌਰ ਦੇ ਉੱਤੇ ਮੈਂ ਸਮਝਾਂਗਾ ਕਿ ਸਿੱਖ ਇਤਿਹਾਸ ਨੂੰ ਹੋਰ ਉਜਾਗਰ ਕਰਨ ਵਾਸਤੇ ਜਿਸ ਤਰ੍ਹਾਂ ਦੀ ਡੈਡੀਕੇਸ਼ਨ ਦੇ ਨਾਲ ਤੁਸੀਂ ਲੱਗੇ ਹੋਏ ਹੋ, ਸਾਨੂੰ ਵੀ ਤਵੱਕੋ ਰਹੇਗੀ ਕਿ ਹਮੇਸ਼ਾ ਤੁਸੀਂ ਇਸ ਅਦਾਰੇ ਦੇ ਨਾਲ ਜੁੜ ਕੇ ਬਕਾਇਦਾ ਤੌਰ ਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਦੁਨੀਆਂ ਭਰ ਦੇ ਵਿੱਚ ਵਸਦੀ ਕੌਮ ਔਰ ਦੁਨੀਆਂ ਭਰ ਦੇ ਵਿੱਚ ਵਸਦੀ ਪੰਜਾਬੀਅਤ ਦੀ ਭਲਾਈ ਵਾਸਤੇ ਇਸੇ ਤਰ੍ਹਾਂ ਆਪਣੀ ਬੁਲੰਦ ਆਵਾਜ਼ ਨੂੰ ਮੈਂ ਸਮਝਾਂਗਾ ਕਿ ਰਾਜਨੀਤਿਕ ਗਲਿਆਰਿਆਂ ਤੋਂ ਬਾਹਰ ਕੱਢ ਕੇ ਜਿਹੜਾ ਉਹ ਬੁਲੰਦ ਕਰਦੇ ਰਹੋ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਬਾਰੇ 'ਚ ਤੁਹਾਡਾ ਕੋਈ ਵੀ ਸੁਝਾਅ ਹੋਵੇ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ riyad@justbroadcasting.com ਔਰ info@justbroadcasting.com ਦੱਸਣਾ ਚਾਹਾਂਗਾ। ਸਾਡਾ ਚੈਨਲ ਬਕਾਇਦਾ ਤੌਰ 'ਤੇ ਉੱਤਰੀ ਅਮਰੀਕਾ ਨੂੰ ਛੱਡ ਕੇ ਬਾਕੀ ਸਾਰੀ ਦੁਨੀਆ ਦੇ ਵਿੱਚ ਇਸ ਦੀ ਲਾਈਵ ਜਿਹੜੀ ਹੈ ਸਟ੍ਰੀਮਿੰਗ ਤੁਸੀਂ www.justbroadcasting.com ਦੇ ਉੱਤੇ ਬਕਾਇਦਾ ਤੌਰ ਦੇ ਉੱਤੇ ਦੇਖ ਸਕਦੇ ਹੋ। ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਕੱਲ੍ਹ ਫਿਰ ਮਿਲਾਂਗੇ ਚਰਚਾ ਲੈ ਕੇ। ਉਮੀਦ ਕਰਾਂਗੇ ਕਿ ਇਸ ਵਿਸ਼ੇ ਨੂੰ ਸਮੇਟਣ ਵਾਸਤੇ ਮੈਂ ਸਰ ਅਜੈਬ ਸਿੰਘ ਚੱਠਾ ਹੋਰਾਂ ਨੂੰ ਕੱਲ੍ਹ ਫੋਨ ਦੇ ਰਾਹੀਂ ਬਕਾਇਦਾ ਤੌਰ ਦੇ ਉੱਤੇ ਹੋਰ ਹਕੀਕਤਾਂ ਔਰ ਉਹਨਾਂ ਦਾ ਪੱਖ ਜਾਣਨ ਦੀ ਜਿਹੜੀ ਹੈ ਉਹ ਕੋਸ਼ਿਸ਼ ਜ਼ਰੂਰ ਕਰਾਂ। ਕੱਲ੍ਹ ਫਿਰ ਜੁੜਾਂਗੇ, ਇਜਾਜ਼ਤ ਦਿਓ, ਰੱਬ ਰਾਖਾ। ਤੁਹਾਡਾ ਆਪਣਾ ਨਾਚੀਜ਼ ਹਰਵਿੰਦਰ ਰਿਆਰ।